ਸਤਿ ਸ੍ਰੀ ਅਕਾਲ ਜੀ, ਸਾਡੇ ਚੈਨਲ ਪੰਜਾਬੀ ਟੂਟਕੇ ਦੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਹਫਤੇ ਦਾ ਰਾਸ਼ੀਫਲ ਲੈ ਕੇ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹਾਂ। 22 ਅਪ੍ਰੈਲ ਤੋਂ ਲੈ ਕੇ 28 ਅਪ੍ਰੈਲ 2024 ਦਾ ਹਫਤਾ ਤੁਹਾਡਾ ਕਿਸ ਤਰ੍ਹਾਂ ਦਾ ਰਹੇਗਾ, ਇਸ ਦੀ ਜਾਣਕਾਰੀ ਅਸੀਂ ਦੇਵਾਂਗੇ। ਇਸ ਦੇ ਨਾਲ ਨਾਲ ਜੇਕਰ ਤੁਹਾਡੇ ਹਫਤੇ ਵਿੱਚ ਕੋਈ ਗ੍ਰਹਿਆਂ ਦੀ ਪਰੇਸ਼ਾਨੀ ਹੋਏਗੀ ਤਾਂ ਅਸੀਂ ਉਸਦਾ ਉਪਾਅ ਵੀ ਤੁਹਾਨੂੰ ਦੱਸਾਂਗੇ। ਇਹ ਜੋ ਜਾਣਕਾਰੀ ਹੈ ਚੰਦਰ ਰਾਸ਼ੀ ਤੇ ਆਧਾਰਿਤ ਹੈ। ਜਿਨ੍ਹਾਂ ਨੂੰ ਚੰਦਰ ਰਾਸ਼ੀ ਪਤਾ ਹੈ ਆਪਣੀ ਤਾਂ ਬਹੁਤ ਅੱਛੀ ਗੱਲ ਹੈ, ਜਿਨ੍ਹਾਂ ਨੂੰ ਚੰਦਰ ਰਾਸ਼ੀ ਨਹੀਂ ਪਤਾ ਤਾਂ ਤੁਸੀਂ ਇਸ ਜਾਣਕਾਰੀ ਨੂੰ ਨਾਮ ਤੇ ਲਗਨ ਤੇ ਅਨੁਸਾਰ ਵੀ ਦੇਖ ਸਕਦੇ ਹੋ। ਤੇ ਚਲੋ ਜੀ, ਸ਼ੁਰੂਆਤ ਕਰਦੇ ਹਾਂ ਏਰੀਜ਼ ਯਾਨੀ ਮੀਨ ਰਾਸ਼ੀ ਤੋਂ। ਦੇਖੋ ਜੀ, ਤੁਹਾਨੂੰ 22 ਤਾਰੀਖ ਨੂੰ ਥੋੜਾ ਜਿਹਾ ਸਾਵਧਾਨ ਰਹਿਣਾ ਹੈ। ਪੈਸਿਆਂ ਦਾ ਥੋੜਾ ਖਰਚਾ ਹੋ ਸਕਦਾ ਹੈ। ਜਿਹੜੇ ਤੁਹਾਡੇ ਕੋਈ ਗੁਪਤ ਸ਼ਤਰੂ ਹਨ, ਦੁਸ਼ਮਣ ਹਨ, ਉਹ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ। ਤੁਹਾਡੀ ਸਿਹਤ ਵੀ ਤੁਹਾਨੂੰ ਥੋੜਾ ਪਰੇਸ਼ਾਨ ਕਰ ਸਕਦੀ ਹੈ। ਦੂਸਰਾ, ਤੁਸੀਂ ਕਿਸੇ ਦੀ ਗੱਲਾਂ ਵਿੱਚ ਆ ਕੇ ਆਪਣੀ ਕਿਸੇ ਪ੍ਰੋਪਰਟੀ ਨੂੰ ਘੱਟ ਦਾਮ ਤੇ ਘੱਟ ਰੇਟ ਤੇ ਵੇਚ ਸਕਦੇ ਹੋ। ਇਸ ਕਰਕੇ ਤੁਹਾਨੂੰ ਇਸ ਦਿਨ ਵਿੱਚ ਆਪਣੇ ਕੋਈ ਵੀ ਫੈਸਲੇ ਨੂੰ ਅਵੋਇਡ ਕਰਨਾ ਚਾਹੀਦਾ ਹੈ। ਜਿਨ੍ਹਾਂ ਨੂੰ ਵਿਦੇਸ਼ ਜਾਣਾ ਹੈ ਜਾਂ ਜਿਨ੍ਹਾਂ ਤੇ ਕਾਨੂੰਨੀ ਕੋਈ ਪਚੜਾ ਚੱਲ ਰਿਹਾ ਹੈ, ਉਹਨਾਂ ਵਾਸਤੇ ਇਹ ਲਾਭਕਾਰੀ ਰਹੇਗਾ। 23, 24 ਤੇ 25 ਅਪ੍ਰੈਲ ਨੂੰ ਸਮਾਂ ਬੜਾ ਅੱਛਾ ਹੈ। ਵਿਆਹ ਦੇ ਯੋਗ ਬੜੇ ਅੱਛੇ ਬਣਦੇ ਨਜ਼ਰ ਆ ਰਹੇ ਹਨ। ਪਾਰਟਨਰਸ਼ਿਪ ਦੇ ਲਈ ਬਹੁਤ ਅੱਛਾ ਸਮਾਂ ਹੈ ਤੇ ਇਨਵੈਸਟਮੈਂਟ ਵਾਸਤੇ ਵੀ ਇਹ ਸਮਾਂ ਬੜਾ ਹੀ ਅੱਛਾ ਹੈ। ਜੀਵਨ ਸਾਥੀ ਦਾ ਤੁਹਾਨੂੰ ਸਹਿਯੋਗ ਮਿਲੇਗਾ। ਜਿਹੜੀ ਦਿੱਤੀ ਤੁਹਾਡੀ ਸੰਤਾਨ ਹੈ, ਉਸ ਦੀ ਤਰੱਕੀ ਦੇ ਯੋਗ ਹਨ। ਤੁਹਾਡਾ ਵੀ ਜੇਕਰ ਜੋਬ ਜਾਂ ਕੋਈ ਇੰਟਰਵਿਊ ਹੈ ਤਾਂ ਉਸ ਦੇ ਲਈ ਇਹ ਸਮਾਂ ਬਹੁਤ ਹੀ ਅੱਛਾ ਹੈ। ਜਾਂ ਵਪਾਰ ਵਾਸਤੇ ਕੋਈ ਤੁਸੀਂ ਕੋਈ ਨਵੀਂ ਬ੍ਰਾਂਚ ਖੋਲਣਾ ਚਾਹੁੰਦੇ ਹੋ ਤਾਂ ਉਸ ਦੇ ਵਾਸਤੇ ਵੀ ਸਮਾਂ ਹੀ ਬੜਾ ਹੀ ਅੱਛਾ ਹੈ। ਜੀਵਨ ਸਾਥੀ ਦੇ ਸਿਹਤ ਵਿੱਚ ਥੋੜਾ ਸੁਧਾਰ ਹੁੰਦਾ ਨਜ਼ਰ ਆਏਗਾ ਤੇ ਜੀਵਨ ਸਾਥੀ ਦਾ ਜੇ ਕੋਈ ਵਪਾਰ ਚੱਲਦਾ ਹੈ ਤਾਂ ਉਹ ਵੀ ਬੜਾ ਹੀ ਵਧੀਆ ਚੱਲੇਗਾ। 26 ਤੇ 27 ਤਾਰੀਖ ਨੂੰ ਥੋੜਾ ਸਾਵਧਾਨ ਹੋਣਾ ਪਏਗਾ। ਸਸੁਰਾਲ ਪਕਸ਼ ਨਾਲ ਥੋੜੀ ਜੀ ਮਤਭੇਦਤਾ ਹੋ ਸਕਦੀ ਹੈ, ਵਾਦ ਵਿਵਾਦ ਹੋ ਸਕਦਾ ਹੈ। ਪ੍ਰੋਪਰਟੀ ਨੂੰ ਲੈ ਕੇ ਕੋਈ ਵਾਦ ਵਿਵਾਦ ਜਾਂ ਕੋਈ ਹਲਕੀ ਚੋਟ ਚਪੇਟ ਜਾਂ ਤੁਹਾਡੀ ਸਿਹਤ ਨੂੰ ਲੈ ਕੇ ਥੋੜੀ ਪਰੇਸ਼ਾਨੀ ਹੋ ਸਕਦੀ ਹੈ। ਅੱਛੀ ਗੱਲ ਇੱਥੇ ਇਹ ਹੈ ਕਿ ਪੈਸਿਆਂ ਦੀ ਕਮੀ ਬਿਲਕੁਲ ਨਹੀਂ ਹੈ। ਪਰਿਵਾਰਿਕ ਤਾਲਮੇਲ ਅੱਛਾ ਰਹੇਗਾ, ਕਿਤੇ ਘੁੰਮਣ ਜਾਣ ਦਾ ਪ੍ਰੋਗਰਾਮ ਬਣ ਸਕਦਾ ਹੈ। ਕੁਝ ਲੋਕਾਂ ਨਾਲ ਤੁਹਾਡੇ ਰਿਸ਼ਤੇ ਖਰਾਬ ਸੀ, ਉਹ ਚੰਗੇ ਹੁੰਦੇ ਨਜ਼ਰ ਆਣਗੇ। ਲਵ ਲਾਈਫ ਵਿੱਚ ਤੁਹਾਡਾ ਸੁਧਾਰ ਨਜ਼ਰ ਆਏਗਾ। ਮਾਤਾ ਜੀ ਦੇ ਸਿਹਤ ਵਿੱਚ ਥੋੜੀ ਜੀ ਦਿੱਕਤ ਆ ਸਕਦੀ ਹੈ ਤੇ ਘਰ ਦੇ ਕਿਸੇ ਕੰਮ ਵਿੱਚ ਵੀ ਕੋਈ ਬਾਧਾ ਆ ਸਕਦੀ ਹੈ। ਜਾਂ ਘਰ ਕੋਈ ਤੁਸੀਂ ਰੈਂਟ ਤੇ ਕਿਰਾਏ ਤੇ ਚੜਾਉਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਪਰੇਸ਼ਾਨੀ ਆ ਸਕਦੀ ਹੈ। 28 ਤਾਰੀਖ ਬਹੁਤ ਹੀ ਵਧੀਆ ਸਮਾਂ ਹੈ। ਵਿਦੇਸ਼ ਜਾਣ ਦਾ ਸ਼ੁਭ ਸਮਾਚਾਰ ਮਿਲ ਸਕਦਾ ਹੈ। ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਦਾ ਪ੍ਰਮੋਸ਼ਨ ਤੈਅ ਹੈ। ਪਿਤਾ ਜੀ ਨਾਲ ਤਾਲਮੇਲ ਅੱਛਾ ਹੈ। ਪਿਤਾ ਜੀ ਵੱਲੋਂ ਤੁਹਾਨੂੰ ਧਨ ਲਾਭ ਮਿਲ ਸਕਦਾ ਹੈ। ਜੋ ਤੁਹਾਡੇ ਸੀਨੀਅਰ ਸਨ, ਤਾਲਮੇਲ ਅੱਛਾ ਹੈ। ਸਾਲਾਂ ਤੋਂ ਰੁਕਿਆ ਹੋਇਆ ਕੋਈ ਤੁਹਾਡਾ ਫਸਿਆ ਹੋਇਆ ਪੈਸਾ ਜਾਂ ਬੈਂਕ ਵਿੱਚ ਤੁਹਾਡਾ ਫਸਿਆ ਹੋਇਆ ਪੈਸਾ ਤੁਹਾਨੂੰ ਮਿਲ ਸਕਦਾ ਹੈ। ਤੁਹਾਡੇ ਵਾਸਤੇ ਹਫਤੇ ਵਾਸਤੇ ਸਲਾਹ ਹੈ, ਹਫਤੇ ਦਾ ਉਪਾਅ ਹੈ ਕਿ ਹਫਤੇ ਵਿੱਚ ਇੱਕ ਦਿਨ ਹੋ ਸਕੇ ਤਾਂ ਮੰਗਲਵਾਰ ਨੂੰ ਕਿਸੇ ਵੀ ਧਾਰਮਿਕ ਸਥਾਨ ਤੇ ਚਿੱਟੀ ਮਿਠਾਈ, ਬਰਫੀ ਜਾਂ ਰਸਗੁੱਲੇ ਚੜਾ ਕੇ ਆਓ। ਉਸ ਨਾਲ ਤੁਹਾਡੇ ਆਉਣ ਵਾਲਾ ਹਫਤਾ ਬੜਾ ਹੀ ਸੁਪਰ ਜਾਏਗਾ। ਚਲੋ ਜੀ, ਹੁਣ ਗੱਲ ਕਰ ਲੈਂਦੇ ਹਾਂ ਟੋਰਸ ਯਾਨੀ ਕਿ ਵਿਸ਼ਵ ਰਾਸ਼ੀ ਵਾਲਿਆਂ ਦੀ। ਤਾਂ ਦੇਖੋ ਜੀ, ਹਫਤੇ ਦੀ ਸ਼ੁਰੂਆਤ ਵਿੱਚ ਯਾਨੀ ਕਿ 22 ਤਾਰੀਖ ਨੂੰ ਅਚਾਨਕ ਹੀ ਧਨ ਲਾਭ ਦਾ ਯੋਗ ਬਣ ਰਿਹਾ ਹੈ। ਅਚਾਨਕ ਹੀ ਕਿਧਰੋਂ ਦੀ ਪੈਸਾ ਤੁਹਾਨੂੰ ਆ ਸਕਦਾ ਹੈ। ਸਮੇ ਲਵ ਲਾਈਫ ਵਿੱਚ ਥੋੜੀ ਤੁਹਾਡੀ ਖਟਪਟ ਹੋ ਸਕਦੀ ਹੈ। ਓਵਰ ਕੌਨਫੀਡੈਂਟ ਤੋਂ ਤੁਹਾਨੂੰ ਬਚਣਾ ਹੈ। ਇਸ ਦੇ ਨਾਲ ਨਾਲ ਪੇਟ ਸੰਬੰਧੀ ਜਾਂ ਗਲੇ ਸੰਬੰਧੀ ਤੁਹਾਨੂੰ ਥੋੜੀ ਸਮੱਸਿਆ ਹੋ ਸਕਦੀ ਹੈ। ਪੁਰਾਣੇ ਮਿੱਤਰਾਂ ਦਾ ਸਹਿਯੋਗ ਤੁਹਾਨੂੰ ਮਿਲੇਗਾ, ਪਰ ਕਿਸੇ ਥਰਡ ਪਰਸਨ ਦੇ ਚਲਦੇ ਹੋਏ ਆਪਣੇ ਰਿਸ਼ਤਿਆਂ ਨੂੰ ਖਰਾਬ ਨਾ ਕਰ ਲੈਣਾ। ਇਸ ਮਾਮਲੇ ਵਿੱਚ ਤੁਹਾਨੂੰ ਸਾਵਧਾਨ ਰਹਿਣਾ ਪਏਗਾ।
ਸਰਕਾਰੀ ਕੰਮ ਵਿੱਚ ਤੁਹਾਨੂੰ ਲਾਭ ਮਿਲੇਗਾ, ਪਰ ਇੱਥੇ ਮੈਂ ਇਹ ਕਹਾਂਗੀ ਕਿ ਕੋਈ ਸਟੱਡੀ ਦਾ, ਸਿੱਖਿਆ ਦਾ ਜਿਹੜਾ ਕੰਮ ਹੈ ਉਹਦੇ ਵਿੱਚ ਥੋੜੀ ਜਿਹੀ ਅਸਥਿਰਤਾ ਨਜ਼ਰ ਆਏਗੀ। 23, 24 ਤੇ 25 ਅਪ੍ਰੈਲ ਦਾ ਸਮਾਂ ਬੜਾ ਹੀ ਅੱਛਾ ਹੈ। ਕੋਈ ਤੁਹਾਡੇ ਉੱਤੇ ਕਰਜ਼ਾ ਹੈ ਤਾਂ ਉਸ ਤੋਂ ਤੁਹਾਨੂੰ ਮੁਕਤੀ ਮਿਲੇਗੀ, ਕਰਜ਼ੇ ਨੂੰ ਖਤਮ ਕਰਦੇ ਨਜ਼ਰ ਆਓਗੇ। ਇਸ ਤੋਂ ਇਲਾਵਾ ਕੋਈ ਪੈਤ੍ਰਿਕ ਸੰਪਤੀ ਪ੍ਰਾਪਰਟੀ ਨੂੰ ਸੇਲ ਕਰਦੇ ਨਜ਼ਰ ਆਓਗੇ। ਤੁਹਾਡੇ ਗੁਪਤ ਸ਼ਤਰੂ ਜੋ ਤੁਹਾਡੇ ਦੁਸ਼ਮਣ ਹਨ, ਤੁਹਾਡੀ ਪਿੱਠ ਪਿੱਛੇ ਪਲੈਨਿੰਗ ਕਰਦੇ ਸੀ, ਉਹਨਾਂ ਦੀ ਹੁਣ ਪਲੈਨਿੰਗ ਜਿਹੜੀ ਹੈ ਖਤਮ ਹੋ ਜਾਏਗੀ, ਯਾਨੀ ਕਿ ਤੁਹਾਡੀ ਜਿੱਤ ਹੋਏਗੀ ਤੇ ਉਹਨਾਂ ਦੇ ਪਲੈਨ ਤਰੇ ਦੇ ਤਰੇ ਰਹਿ ਜਾਣਗੇ। ਵਿਦੇਸ਼ ਜਾਣ ਦਾ ਯੋਗ ਬੜਾ ਹੀ ਲਾਜਵਾਬ ਨਜ਼ਰ ਆ ਰਿਹਾ ਹੈ। ਤੁਹਾਡੇ ਪਿਤਾ ਜੀ ਦੀ ਤਰੱਕੀ ਦੇ ਰਸਤੇ ਖੁੱਲਣਗੇ। ਇਸ ਦੇ ਨਾਲ ਨਾਲ ਪੇਟ ਤੇ ਗਲੇ ਦੀ ਸਮੱਸਿਆ ਦੀ ਵੀ ਦਿੱਕਤ ਤੁਹਾਨੂੰ ਆ ਸਕਦੀ ਹੈ। 26 ਤੇ 27 ਤਾਰੀਖ ਥੋੜਾ ਠੀਕ ਸਮਾਂ ਨਜ਼ਰ ਨਹੀਂ ਆ ਰਿਹਾ ਹੈ। ਵਿਵਾਹਿਕ ਜੀਵਨ ਵਿੱਚ ਥੋੜਾ ਕਲਾ ਕਲੇਸ਼ ਹੋ ਸਕਦਾ ਹੈ। ਜਿਨ੍ਹਾਂ ਨੇ ਡਿਵੋਰਸ ਲੈਣਾ ਹੈ ਉਹਨਾਂ ਵਾਸਤੇ ਇਹ ਬਿਲਕੁਲ ਸਹੀ ਫੈਸਲਾ ਹੁੰਦਾ ਦਿਖੇਗਾ। ਇਸ ਤੋਂ ਇਲਾਵਾ ਤੁਹਾਡੇ ਜੀਵਨ ਸਾਥੀ ਦੇ ਸਿਹਤ ਨੂੰ ਲੈ ਕੇ ਥੋੜੀਆਂ ਦਿੱਕਤਾਂ ਹੋ ਸਕਦੀਆਂ ਹਨ। ਤੁਹਾਡੇ ਜਿਹੜੇ ਕੰਪੀਟੀਟਰ ਹਨ ਇਸ ਵੇਲੇ ਤੁਹਾਨੂੰ ਥੋੜਾ ਨੁਕਸਾਨ ਦੇ ਸਕਦੇ ਹਨ। ਤੁਹਾਨੂੰ ਆਪਣੀਆਂ ਗੁਪਤ ਗੱਲਾਂ, ਸੀਕ੍ਰੇਟ ਗੱਲਾਂ ਬਿਲਕੁਲ ਕਿਸੇ ਨੂੰ ਨਹੀਂ ਦੱਸਣੀਆਂ ਚਾਹੀਦੀਆਂ। ਗਲਤ ਜਗ੍ਹਾ ਤੇ ਤੁਹਾਡਾ ਵਿਆਹ ਪੱਕਾ ਹੋ ਸਕਦਾ ਹੈ, ਇਸ ਕਰਕੇ ਵਿਆਹ ਪੱਕਾ ਕਰਨ ਤੋਂ ਪਹਿਲੇ ਕੋਈ ਰਿਸ਼ਤਾ ਜੇਕਰ ਆਂਦਾ ਹੈ ਤਾਂ 10 ਵਾਰੀ ਤੁਹਾਨੂੰ ਉੱਥੇ ਸੋਚ ਲੈਣਾ ਚਾਹੀਦਾ ਹੈ। ਪੁਰਾਣੀ ਲਵ ਲਾਈਫ ਜਾਂ ਪੁਰਾਣੇ ਮਿੱਤਰ ਵਾਪਸ ਆਣਗੇ ਤੁਹਾਡੇ ਕੋਲ, ਪਰ ਉਹਨਾਂ ਤੋਂ ਬਚ ਕੇ ਰਹਿਣਾ ਕਿਉਂਕਿ ਉਹ ਪਲੈਨਿੰਗ ਕਰਕੇ ਆ ਰਹੇ ਹਨ ਵਾਪਿਸ। ਹਫਤੇ ਦੇ ਅਖੀਰ ਵਿੱਚ ਯਾਨੀ ਕਿ 28 ਅਪ੍ਰੈਲ ਨੂੰ ਲਾਭ ਹੈ, ਪੈਸਿਆਂ ਦਾ ਲਾਭ ਹੈ, ਧਨ ਦਾ ਲਾਭ ਹੈ, ਸੰਪਤੀ ਦਾ ਲਾਭ ਹੈ। ਇਨਕਮ ਦੇ ਰਸਤੇ ਖੁੱਲਦੇ ਨਜ਼ਰ ਆਣਗੇ ਤੇ ਸਸੁਰਾਲ ਪਕਸ਼ ਨਾਲ ਤਾਲਮੇਲ ਬਹੁਤ ਹੀ ਜ਼ਿਆਦਾ ਬਿਹਤਰ ਹੁੰਦਾ ਨਜ਼ਰ ਆਏਗਾ। ਤੁਹਾਡੇ ਵਾਸਤੇ ਇਸ ਹਫਤੇ ਦੀ ਸਲਾਹ ਹੈ ਕਿ ਜੇਕਰ ਤੁਸੀਂ ਘਰ ਵਿੱਚ ਜੋਤ ਜਲਾਉਂਦੇ ਹੋ ਤਾਂ ਇਸ ਹਫਤੇ ਤੁਸੀਂ ਨਾਰੀਅਲ ਦਾ ਜਿਹੜਾ ਤੇਲ ਹੁੰਦਾ ਹੈ ਉਹਦੀ ਜੋਤ ਜਲਾਓ ਤਾਂ ਤੁਹਾਡੇ ਆਉਣ ਵਾਲਾ ਸਾਰਾ ਹਫਤਾ ਬੜਾ ਹੀ ਸੁਪਕ ਜਾਏਗਾ। ਹੁਣ ਗੱਲ ਕਰ ਲੈਂਦੇ ਹਾਂ ਜੈਮੀਨਾਈ ਯਾਨੀ ਕਿ ਮਿਥੁਨ ਰਾਸ਼ੀ ਵਾਲਿਆਂ ਦੀ। ਤਾਂ ਦੇਖੋ ਹਫਤੇ ਦੀ ਸ਼ੁਰੂਆਤ ਵਿੱਚ ਨੌਕਰੀ ਜਾਂ ਵਪਾਰ ਵਾਸਤੇ ਤੁਹਾਡਾ ਸਮਾਂ ਬੜਾ ਹੀ ਅੱਛਾ ਹੈ। ਪ੍ਰੋਪਰਟੀ ਦਾ ਇੱਥੇ ਲਾਭ ਦਿਖ ਰਿਹਾ ਹੈ, ਪਰ ਕਿਸੇ ਗੱਲ ਨੂੰ ਲੈ ਕੇ ਮਾਤਾ ਜੀ ਦੇ ਨਾਲ ਤੁਹਾਡਾ ਵਾਦ ਵਿਵਾਦ ਹੋ ਸਕਦਾ ਹੈ। ਇਸ ਸਮੇਂ ਤੁਸੀਂ ਕਿਸੇ ਚੀਜ਼ ਨੂੰ ਪਰਚੇਜ਼ ਕਰ ਸਕਦੇ ਹੋ, ਪਰ ਸੋਚ ਸਮਝ ਕੇ ਪੈਸਾ ਖਰਚ ਕਰਨਾ, ਜ਼ਿਆਦਾ ਪੈਸਾ ਖਰਚ ਨਹੀਂ ਕਰਨਾ ਹੈ। ਮੈਰਿਡ ਲਾਈਫ, ਵਿਵਾਹਿਕ ਜੀਵਨ ਅੱਛਾ ਹੈ, ਸਸੁਰਾਲ ਪਕਸ਼ ਨਾਲ ਤਾਲਮੇਲ ਅੱਛਾ ਹੈ, ਤੇ ਕਿਸੇ ਕਾਰਨ ਤੁਹਾਡੀ ਲਾਈਫ ਪਾਰਟਨਰ ਤੁਹਾਡੇ ਤੋਂ ਨਾਰਾਜ਼ ਹੋ ਕੇ ਦੂਰ ਚਲੀ ਗਈ ਸੀ ਤਾਂ ਉਸ ਦੇ ਫਿਰ ਤੋਂ ਦੁਬਾਰਾ ਵਾਪਸ ਆਉਣ ਦੇ ਯੋਗ ਬਣਦੇ ਨਜ਼ਰ ਆ ਰਹੇ ਹਨ। ਕਾਫੀ ਸਮੇਂ ਤੋਂ ਜਿਨ੍ਹਾਂ ਦੀਆਂ ਨੌਕਰੀਆਂ ਨਹੀਂ ਲੱਗ ਰਹੀਆਂ ਸੀ ਤਾਂ 100% ਉਹਨਾਂ ਦੀ ਨੌਕਰੀਆਂ ਲੱਗਣ ਦੇ ਯੋਗ ਬਣਦਾ ਨਜ਼ਰ ਆਏਗਾ। ਪਿਤਾ ਜੀ ਨਾਲ ਤੁਹਾਡੇ ਤਾਲਮੇਲ ਅੱਛਾ ਹੈ। ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਇੱਥੇ ਇਹ ਹੈ ਕਿ ਤੁਹਾਡੇ ਕਰਮ ਖੇਤਰ ਵਿੱਚ ਤੁਹਾਡੀ ਵੈਲਿਊ ਬਣਦੀ ਨਜ਼ਰ ਆਏਗੀ। 23, 24, 25 ਅਪ੍ਰੈਲ ਨੂੰ ਧਨ ਦਾ ਲਾਭ ਬਹੁਤ ਵਧੀਆ ਮਿਲਦਾ ਨਜ਼ਰ ਆਏਗਾ। ਲੋਟਰੀ, ਸੱਟਾ, ਸ਼ੇਅਰ ਮਾਰਕੀਟ ਦਾ ਲਾਭ ਬਹੁਤ ਵਧੀਆ ਹੈ। ਸਿਰ ਦਰਦ, ਅੱਖਾਂ ਦੀ ਸਮੱਸਿਆ ਤੇ ਪੇਟ ਦਰਦ ਵਿੱਚ ਤੁਹਾਡਾ ਸੁਧਾਰ ਹੋਏਗਾ। ਇਸ ਸਮੇਂ ਜਿਹੜਾ ਤੁਸੀਂ ਲਵ ਮੈਰਿਜ ਕਰਨ ਦੀ ਸੋਚ ਰਹੇ ਸੀ ਤੇ ਉਹ ਤੁਸੀਂ ਆਪਣੀ ਕੋਸ਼ਿਸ਼ ਕਰੋਗੇ ਤੇ ਤੁਹਾਡੇ ਪਰਿਵਾਰ ਦੇ ਲੋਕ ਵੀ ਐਗਰੀ ਹੋ ਜਾਣਗੇ, ਪਰਿਵਾਰ ਦੇ ਲੋਕ ਮੰਨ ਜਾਣਗੇ। ਵੱਡੇ ਭੈਣ ਭਰਾਵਾਂ ਨਾਲ ਤਾਲਮੇਲ ਤੁਹਾਡਾ ਅੱਛਾ ਰਹੇਗਾ। ਵੱਡੇ ਭੈਣ ਭਰਾਵਾਂ ਦਾ ਥੋੜਾ ਜਿਹਾ ਸਿਹਤ ਵਿੱਚ ਤੁਹਾਡੀ ਦਿਖ ਸਕਦਾ ਹੈ, ਫਰਕ ਦਿਖ ਸਕਦਾ ਹੈ, ਪਰ ਹਫਤੇ ਦੇ ਅਖੀਰ ਵਿੱਚ ਉਹਨਾਂ ਦੀ ਸਿਹਤ ਵਿੱਚ ਸੁਧਾਰ ਵੀ ਹੁੰਦਾ ਨਜ਼ਰ ਆਏਗਾ।
ਵਿਦੇਸ਼ ਜਾਣ ਦੀ ਸੰਭਾਵਨਾ ਵੀ ਬੜੀ ਅੱਛੀ ਦਿਖ ਰਹੀ ਹੈ। ਇਸ ਤੋਂ ਅਲਾਵਾ ਤੁਸੀਂ ਆਪਣੀ ਇੱਛਾ ਪੂਰਤੀ ਵਾਸਤੇ ਕੁਝ ਸਮਾਨ ਵੀ ਪਰਚੇਸ ਕਰੋਗੇ, ਸ਼ੋਪਿੰਗ ਕਰ ਸਕਦੇ ਹੋ। 26 ਤੇ 27 ਤਾਰੀਖ ਨੂੰ ਥੋੜਾ ਸਾਵਧਾਨ ਹੋ ਜਾਣਾ, ਕਿਉਂਕਿ ਕਿਸੇ ਗਲਤ ਜਗ੍ਹਾ ਤੇ ਇਨਵੈਸਟਮੈਂਟ ਤੁਹਾਨੂੰ ਪਰੇਸ਼ਾਨ ਕਰ ਸਕਦਾ ਹੈ। ਪਰਿਵਾਰ ਦੇ ਕੁਝ ਲੋਕ ਤੁਹਾਡੇ ਗੁਪਤ ਸ਼ਤਰੂ ਬਣ ਕੇ ਤੁਹਾਡੀ ਪਿੱਠ ਪਿੱਛੇ ਤੁਹਾਡੇ ਨਾਲ, ਕਹਿਣ ਦਾ ਮਤਲਬ ਕਿ ਤੁਹਾਡੀ ਪਿੱਠ ਪਿੱਛੇ ਤੁਹਾਡੇ ਗੁਪਤ ਸ਼ਤਰੂ ਬਣ ਕੇ ਤੁਹਾਨੂੰ ਨੁਕਸਾਨ ਦੇ ਸਕਦੇ ਹਨ। ਤੋ ਇਸ ਸਮੇਂ ਤੁਸੀਂ ਕਿਸੇ ਨਾਲ ਬਹਿਸ ਨਹੀਂ ਕਰਨਾ ਹੈ। ਤੁਹਾਡੀ ਬੋਲੀ ਦੇ ਕਾਰਨ ਹੀ ਬਹੁਤ ਵੱਡੇ ਲੜਾਈ ਝਗੜੇ ਹੋ ਸਕਦੇ ਹਨ। ਇੱਥੇ ਤੁਸੀਂ ਦੋ ਗੱਲਾਂ ਦਾ ਧਿਆਨ ਰੱਖਣਾ ਹੈ। ਇੱਕ ਤਾਂ ਪਰਿਵਾਰ ਦੇ ਲੋਕ ਤੁਹਾਡੇ ਤੋਂ ਪੈਸਾ ਮੰਗ ਸਕਦੇ ਹਨ, ਤਾਂ ਇੱਥੇ ਤੁਸੀਂ ਪੈਸਾ ਉਹਨਾਂ ਨੂੰ ਨਹੀਂ ਦੇਣਾ ਹੈ। ਦੂਸਰਾ, ਨੌਕਰੀ ਵਿਵਸਾਇ ਵਪਾਰ ਵਿੱਚ ਪਰਿਵਰਤਨ ਬਿਲਕੁਲ ਨਾ ਕਰ ਲੈਣਾ, ਕਿਉਂਕਿ ਇਹ ਜਿਹੜਾ ਫੈਸਲਾ ਹੈ ਤੁਹਾਡਾ ਗਲਤ ਹੋ ਸਕਦਾ ਹੈ। ਜਦਕਿ 28 ਅਪ੍ਰੈਲ ਨੂੰ ਤੁਹਾਡੀ ਨੌਕਰੀ ਦੇ ਵਪਾਰ ਵਿੱਚ ਵ੍ਰਿਧੀ ਹੈ, ਨੌਕਰੀ ਵਿੱਚ ਪ੍ਰਮੋਸ਼ਨ ਹੈ, ਵੱਡੇ ਵੱਡੇ ਲੋਕਾਂ ਨਾਲ ਕੰਟੈਕਟ ਹੋਣਗੇ ਤੁਹਾਡੇ। ਇਸ ਤੋਂ ਇਲਾਵਾ ਵਿਆਹ ਦੇ ਯੋਗ ਬੜੇ ਅੱਛੇ ਹਨ, ਜਿਹੜੇ ਤੁਹਾਡੇ ਕੰਪੀਟੀਟਰ ਹਨ ਉਹਨਾਂ ਤੋਂ ਤੁਸੀਂ ਅੱਗੇ ਨਿਕਲਦੇ ਹੋਏ ਦਿਖੋਗੇ। ਜਿਹੜੇ ਲੋਕ ਨੌਕਰੀ ਵਿੱਚ ਟੈਂਪਰੇਰੀ ਹਨ ਹਾਲੇ, ਤਾਂ ਉਹ ਪਰਮਾਨੈਂਟ ਹੁੰਦੇ ਨਜ਼ਰ ਆਣਗੇ। ਕਾਫੀ ਸਮੇਂ ਤੋਂ ਜੇਕਰ ਤੁਸੀਂ ਨੌਕਰੀ ਵਿੱਚ ਟ੍ਰਾਂਸਫਰ ਦਾ ਕੋਸ਼ਿਸ਼ ਕਰ ਰਹੇ ਸੀ, ਤਾਂ ਉਹ ਵੀ ਬਣਦਾ ਨਜ਼ਰ ਆਏਗਾ, ਸਮਾਜਿਕ ਵੈਲਿਊ ਵਧੇਗੀ। ਤੁਹਾਡੇ ਵਾਸਤੇ ਹਫਤੇ ਦੀ ਸਲਾਹ ਹੈ ਕਿ ਜੇਕਰ ਤੁਸੀਂ ਆਪਣਾ ਹਫਤਾ ਸੁਪਰ ਬਣਾਉਣਾ ਚਾਹੁੰਦੇ ਹੋ, ਤਾਂ ਘਰ ਤੋਂ ਬਾਹਰ ਨਿਕਲਣ ਵੇਲੇ ਪਰਮਾਤਮਾ ਦਾ ਨਾਮ ਲੈ ਕੇ ਜਾਣਾ ਹੈ, ਹੋ ਸਕੇ ਤਾਂ ਮੂਲ ਮੰਤਰ ਜਾਂ ਕਬਿਓ ਬਾਚੋ ਪਈ ਦਾ ਪਾਠ ਕਰਨਾ ਹੈ। ਦੂਜੇ ਧਰਮ ਦੇ ਲੋਕ ਹਨੂਮਾਨ ਚਾਲੀਸਾ ਜਾਂ ਗਣੇਸ਼ ਚਾਲੀਸਾ ਦਾ ਪਾਠ ਕਰਕੇ ਬਾਹਰ ਨਿਕਲਣ। ਹੁਣ ਗੱਲ ਕਰ ਲੈਂਦੇ ਹਾਂ ਕੈਂਸਰ ਯਾਨੀ ਕਿ ਕਰਕ ਰਾਸ਼ੀ ਵਾਲਿਆਂ ਦੀ। ਤਾਂ ਦੇਖੋ ਜੀ, ਹਫਤੇ ਦੀ ਸ਼ੁਰੂਆਤ ਯਾਨੀ ਕਿ 22 ਅਪ੍ਰੈਲ ਨੂੰ ਤੁਹਾਡਾ ਆਤਮ ਵਿਸ਼ਵਾਸ ਵਧੇਗਾ। ਇਸ ਤੋਂ ਇਲਾਵਾ ਸਰਕਾਰੀ ਕੰਮ ਵਿੱਚ ਲਾਭ ਤੇ ਪੁਰਾਣੇ ਦੋਸਤਾਂ ਦਾ ਸਹਿਯੋਗ ਮਿਲੇਗਾ। ਲਾਈਫ ਦੇ ਵੱਡੇ ਵੱਡੇ ਫੈਸਲੇ ਲੈ ਸਕਦੇ ਹੋ, ਪ੍ਰੋਪਰਟੀ ਦਾ ਲਾਭ ਹੈ, ਵਿਦੇਸ਼ ਜਾਣ ਦਾ ਕੋਈ ਸ਼ੁਭ ਸਮਾਚਾਰ ਵੀ ਮਿਲ ਸਕਦਾ ਹੈ। 23, 24 ਤੇ 25 ਅਪ੍ਰੈਲ ਨੂੰ ਤੁਸੀਂ ਕੁਝ ਆਪਣੀ ਪ੍ਰੋਪਰਟੀ, ਮਕਾਨ ਜਾਂ ਗੱਡੀ ਨੂੰ ਲੈ ਕੇ ਕੁਝ ਵੱਡਾ ਕਰਨ ਵਾਲੇ ਹੋ। ਸਮਾਜਿਕ ਵੈਲਿਊ ਤੁਹਾਡੀ ਵਧੇਗੀ। ਜਿਨ੍ਹਾਂ ਲੋਕਾਂ ਦੀ ਨੌਕਰੀ ਵਿੱਚ ਤਰੱਕੀ ਨਹੀਂ ਹੋ ਰਹੀ ਸੀ, ਵਪਾਰ ਠੱਪ ਹੋ ਗਿਆ ਸੀ, 23, 24, 25 ਨੂੰ ਉਹ ਨਿਸ਼ਚਿਤ ਤੌਰ ਤੇ ਅੱਛਾ ਹੁੰਦਾ ਦਿਖੇਗਾ। ਆਪਣੇ ਮਾਤਾ ਜੀ ਤੇ ਪਿਤਾ ਜੀ ਦੋਨਾਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਨਜ਼ਰ ਆਏਗਾ। ਜਿਨ੍ਹਾਂ ਨੇ ਵਿਆਹ ਕਰਨਾ ਹੈ ਉਹਨਾਂ ਵਾਸਤੇ ਰਿਸ਼ਤੇ ਬਹੁਤ ਅੱਛੇ ਆਣਗੇ। ਜੇਕਰ ਤੁਸੀਂ ਕੋਈ ਗੁਪਤ ਜੀਵਨ ਜੀ ਰਹੇ ਹੋ, ਆਪਣੀ ਪ੍ਰਾਈਵੇਟ ਲਾਈਫ ਕੋਈ ਜੀ ਰਹੇ ਹੋ, ਤਾਂ ਤੁਸੀਂ ਲੋਕਾਂ ਦੇ ਸਾਹਮਣੇ ਲੈ ਕੇ ਆਓਗੇ ਆਪਣੇ ਰਿਸ਼ਤੇ ਨੂੰ, ਤੇ ਲੋਕੀ ਉਸ ਨੂੰ ਮਨਜ਼ੂਰੀ ਵੀ ਦੇਣਗੇ। 26 ਤੇ 27 ਅਪ੍ਰੈਲ ਥੋੜਾ ਠੀਕ ਨਹੀਂ ਹੈ। ਇਸ ਵੇਲੇ ਤੁਸੀਂ ਥੋੜਾ ਜਿਹਾ ਲਾਟਰੀ, ਸੱਟਾ ਤੇ ਸ਼ੇਅਰ ਮਾਰਕੀਟ ਵਿੱਚ ਪੈਸਾ ਲਗਾਉਣ ਤੋਂ ਪਹਿਲੇ ਥੋੜਾ ਸੋਚ ਵਿਚਾਰ ਤੁਹਾਨੂੰ ਕਰਨਾ ਚਾਹੀਦਾ ਹੈ। ਇਸ ਵੇਲੇ ਤੁਹਾਡੀ ਸੰਤਾਨ ਝੂਠ ਬੋਲ ਕੇ ਤੁਹਾਨੂੰ ਕਿਸੇ ਤਰ੍ਹਾਂ ਠੱਗ ਸਕਦੀ ਹੈ, ਇਸ ਗੱਲ ਦਾ ਧਿਆਨ ਰੱਖਣਾ। ਇਸ ਦੇ ਨਾਲ ਨਾਲ ਥੋੜਾ ਸਿਰ ਦਰਦ, ਥੋੜਾ ਗਲਾ ਤੇ ਪਿੱਠ ਦੀ ਸਮੱਸਿਆ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ। ਬਾਹਰ ਦਾ ਖਾਣਾ ਖਾਣ ਤੋਂ ਪਹਿਲੇ ਥੋੜਾ ਜਿਹਾ ਸੋਚ ਵਿਚਾਰ ਤੁਹਾਨੂੰ ਕਰਨਾ ਚਾਹੀਦਾ ਹੈ। ਤੁਹਾਡੀ ਸਿੱਖਿਆ ਦੀ ਗੱਲ ਕਰੀਏ ਤਾਂ ਥੋੜੀ ਜਿਹੀ ਬਾਧਾ ਆ ਸਕਦੀ ਹੈ, ਪਰਿਵਾਰ ਨੂੰ ਲੈ ਕੇ ਥੋੜਾ ਜਿਹਾ ਕਲੇਸ਼ ਦੇ ਕਾਰਨ ਤੁਹਾਡੀ ਸਿੱਖਿਆ ਵਿੱਚ ਬਾਧਾ, ਪਰੇਸ਼ਾਨੀ ਆ ਸਕਦੀ ਹੈ। ਤੁਹਾਡਾ ਕੋਈ ਇੰਟਰਵਿਊ ਜਾਂ ਜੋਬ ਦਾ ਰਿਜ਼ਲਟ ਹੈ ਤਾਂ ਥੋੜਾ ਜਿਹਾ ਨੈਗੇਟਿਵ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ, ਤੇ ਥੋੜਾ ਜਿਹਾ ਤੁਹਾਨੂੰ ਸਾਵਧਾਨ ਰਹਿਣਾ ਹੈ। ਤੇ ਜਿਨ੍ਹਾਂ ਨੇ ਵਿਦੇਸ਼ ਜਾਣਾ ਹੈ ਤਾਂ ਫਟਾਫਟ ਫਾਰਮ ਫਿਲ ਕਰੋ, ਕਿਉਂਕਿ ਇਹਦੇ ਵਿੱਚ ਕੋਈ ਤੁਹਾਨੂੰ ਬਿਹਤਰ ਲਾਭ ਮਿਲੇਗਾ। ਵੱਡੇ ਭੈਣ ਭਰਾਵਾਂ ਦਾ ਸਹਿਯੋਗ ਤੁਹਾਨੂੰ ਮਿਲੇਗਾ, ਸਪੋਰਟ ਉਹਨਾਂ ਦਾ ਮਿਲੇਗਾ, ਇਸ ਤਰ੍ਹਾਂ ਦੀ ਗੁੱਡ ਨਿਊਜ਼ ਮਿਲਦੀ ਨਜ਼ਰ ਆ ਰਹੀ ਹੈ। 28 ਅਪ੍ਰੈਲ ਨੂੰ ਗਜ ਕੇਸਰੀ ਯੋਗ ਹੈ, ਤਾਂ ਜਿਨ੍ਹਾਂ ਨੇ ਕਰਜ਼ ਦੀ ਮੁਕਤੀ ਕਰਨੀ ਹੈ ਉਹਨਾਂ ਵਾਸਤੇ ਸਮਾਂ ਅੱਛਾ ਹੈ। ਜਿਨ੍ਹਾਂ ਨੇ ਲੋਨ ਅਪਲਾਈ ਕੀਤਾ ਹੋਇਆ ਹੈ ਤਾਂ ਉਹਨਾਂ ਨੂੰ ਲੋਨ ਵੀ ਮਿਲ ਸਕਦਾ ਹੈ।
ਇਹ ਸਮਾਂ ਥੋੜਾ ਜਿਹਾ ਤਨਾਵ ਸਟ੍ਰੈਸ ਵਾਲਾ ਤੁਹਾਡੇ ਵਾਸਤੇ ਰਹਿਣ ਵਾਲਾ ਹੈ, ਤਾਂ ਜੇਕਰ ਤੁਸੀਂ ਇਹ ਸੋਚੋਗੇ ਕਿ ਸਮਾਂ ਠੀਕ ਨਹੀਂ ਹੈ ਤਾਂ ਇਸ ਕਰਕੇ ਤੇ ਜੋਖਿਮ ਭਰਿਆ ਹੋਇਆ ਕੰਮ ਅਸੀਂ ਨਾ ਕਰੀਏ, ਪਰ ਜੇਕਰ ਤੁਸੀਂ ਇਹ ਐਕਟਿਵ ਰਹੋਗੇ ਤਾਂ ਹੀ ਤੁਹਾਡੇ ਗੁਪਤ ਸ਼ਤਰੂ ਜੋ ਹਨ ਉਹ ਸਾਹਮਣੇ ਆਣਗੇ, ਤੁਹਾਨੂੰ ਉਹਨਾਂ ਦਾ ਅਸਲੀ ਚਿਹਰਾ ਨਜ਼ਰ ਆਏਗਾ। ਇਸ ਕਰਕੇ ਆਲਸ ਨਹੀਂ ਕਰਨਾ ਹੈ। ਬੇਸ਼ੱਕ ਸਮਾਂ ਥੋੜਾ ਖਰਾਬ ਚੱਲ ਰਿਹਾ ਹੈ, ਪਰ ਤੁਸੀਂ ਐਕਟਿਵ ਹੋ ਕੇ ਆਪਣੇ ਕੰਮ ਦੇ ਉੱਤੇ ਫੋਕਸ ਰੱਖਣਾ ਹੈ। ਤੁਹਾਡੇ ਵਾਸਤੇ ਇਸ ਹਫਤੇ ਦੀ ਸਲਾਹ ਹੈ ਕਿ ਇੱਕ ਲੋਟੇ ਵਿੱਚ ਦੁੱਧ, ਕੱਚਾ ਦੁੱਧ ਲੈ ਕੇ ਉਹਦੇ ਵਿੱਚ ਪਾਣੀ ਮਿਲਾ ਕੇ ਤੁਹਾਡੇ ਘਰ ਦੇ ਕਿਹੜੇ ਵੀ ਪੌਦੇ ਲੱਗੇ ਹੋਣ ਉਹਨੂੰ ਤੁਸੀਂ ਹਰ ਰੋਜ਼ ਪਾਣੀ ਦੇਣਾ ਹੈ, ਤੇ ਉਹਦਾ ਜਾ ਥੋੜੇ ਜਿਹੇ ਛਿੱਟੇ ਆਪਣੇ ਸਿਰ ਤੇ ਵੀ ਪਾਣੇ ਹੈ। ਇਸ ਦੇ ਨਾਲ ਆਉਣ ਵਾਲੀਆਂ ਹਰ ਪਰੇਸ਼ਾਨੀਆਂ ਜਿਹੜੀਆਂ ਹਨ ਤੁਹਾਡੀਆਂ ਦੂਰ ਹੋ ਜਾਣਗੀਆਂ। ਹੁਣ ਗੱਲ ਕਰ ਲੈਂਦੇ ਹਾਂ ਨੀਓ ਯਾਨੀ ਕਿ ਸਿੰਘ ਰਾਸ਼ੀ ਵਾਲਿਆਂ ਦੀ। ਤਾਂ ਦੇਖੋ ਜੀ, ਹਫਤੇ ਦੀ ਸ਼ੁਰੂਆਤ ਵਿੱਚ ਚੰਦਰਮਾ ਜੋ ਹੈ ਉਹ ਧਨ ਦੇ ਹਾਊਸ ਵਿੱਚ ਹੈ, ਤੇ ਬਸ ਤੁਸੀਂ ਇੰਨਾ ਸਮਝ ਲਓ ਕਿ ਪੈਸਾ ਤਾਂ ਆਏਗਾ, ਧਨ ਦੇ ਯੋਗ ਬਣਨਗੇ, ਪਰ ਜ਼ਿਆਦਾ ਬੋਲਣ ਦੇ ਨਾਲ ਤੁਹਾਡੇ ਪਰਿਵਾਰਿਕ ਰਿਸ਼ਤੇ ਜਾਂ ਤੁਹਾਡਾ ਜਿਹੜਾ ਵਿਵਾਹਿਕ ਜੀਵਨ ਵਿੱਚ ਖਟਪਟ ਹੋ ਸਕਦੀ ਹੈ, ਰਿਸ਼ਤਿਆਂ ਵਿੱਚ ਦਰਾਰ ਆ ਸਕਦੀ ਹੈ। ਇਸ ਸਮੇਂ ਥੋੜਾ ਜਿਹਾ ਤੁਸੀਂ ਸਟ੍ਰੈਸ ਵਿੱਚ ਰਹੋਗੇ, ਤਣਾਅਗ੍ਰਸਤ ਰਹੋਗੇ, ਟੈਨਸ਼ਨ ਵਿੱਚ ਆ ਕੇ, ਹੜਬੜੀ ਵਿੱਚ ਆ ਕੇ ਤੁਸੀਂ ਕੋਈ ਵੱਡਾ ਇਨਵੈਸਟਮੈਂਟ ਕਰ ਸਕਦੇ ਹੋ, ਤਾਂ ਤੁਹਾਨੂੰ ਉਸ ਇਨਵੈਸਟਮੈਂਟ ਨੂੰ ਰੋਕਣਾ ਹੈ। ਕੇਸ ਮੁਕਦਮਾ ਤੋਂ ਰਿਲੇਟਿਡ ਤੁਹਾਡਾ ਕੁਝ ਕੰਪਰੋਮਾਈਜ਼ ਹੁੰਦਾ ਨਜ਼ਰ ਆਏਗਾ, ਨਾਲ ਦੇ ਨਾਲ ਸਸੁਰਾਲ ਪਕਸ਼ ਨਾਲ ਤਾਲਮੇਲ ਵੀ ਸਹੀ ਹੁੰਦਾ ਦਿਖ ਰਿਹਾ ਹੈ। ਅਚਾਨਕ ਕਿਧਰੋਂ ਬਹੁਤ ਸਾਰਾ ਪੈਸਾ, ਅਚਾਨਕ ਧਨ ਲਾਭ ਹੋ ਸਕਦਾ ਹੈ, ਜਿਸ ਦੇ ਨਾਲ ਜਿਹੜੀ ਤੁਹਾਡੀ ਆਰਥਿਕ ਸਥਿਤੀ ਥੋੜੀ ਜਿਹੀ ਖਰਾਬ ਚੱਲ ਰਹੀ ਸੀ ਉਸ ਦੇ ਵਿੱਚ ਬੜੀ ਜ਼ਿਆਦਾ ਸਹਾਇਤਾ ਮਿਲੇਗੀ, ਹੈਲਪ ਹੋਏਗੀ। 23, 24 ਤੇ 25 ਅਪ੍ਰੈਲ ਨੂੰ ਤੁਹਾਡੇ ਕੰਟੈਕਟ ਬੜੇ ਵੱਡੇ ਵੱਡੇ ਤੇ ਅੱਛੇ ਲੋਕਾਂ ਨਾਲ ਹੋਣਗੇ। ਨਵੀਂ ਨੌਕਰੀ ਦੇ ਯੋਗ ਅੱਛੇ ਹਨ, ਵਿਆਹ ਦੇ ਲਈ ਰਿਸ਼ਤੇ ਅੱਛੇ ਆਣਗੇ, ਵੱਡੇ ਭੈਣ ਭਰਾਵਾਂ ਨਾਲ ਵੀ ਤੁਹਾਡਾ ਤਾਲਮੇਲ ਅੱਛਾ ਹੁੰਦਾ ਦਿਖੇਗਾ। ਕਾਨੂੰਨੀ ਕੋਰਟ ਕੇਸ ਜਾਂ ਪਚਰੇ ਜੋ ਤੁਹਾਡੇ ਚੱਲ ਰਹੇ ਹਨ ਤੇ ਤੁਹਾਡਾ ਲਿੰਕ ਨਹੀਂ ਕਿਸੇ ਨਾਲ ਬਣ ਰਿਹਾ, ਤਾਂ ਸਰਕਾਰੀ ਲਿੰਕ ਵੀ ਬਣਦਾ ਨਜ਼ਰ ਆਏਗਾ। ਨੌਕਰੀ ਵਿੱਚ ਪ੍ਰਮੋਸ਼ਨ ਦੇ ਵਾਸਤੇ ਕੋਈ ਵੀ ਰਸਤੇ ਵਿੱਚ ਰੁਕਾਵਟ ਨਜ਼ਰ ਨਹੀਂ ਆ ਰਹੀ ਹੈ। ਇਸ ਤੋਂ ਇਲਾਵਾ ਕੋਈ ਧਾਰਮਿਕ ਯਾਤਰਾ ਤੇ ਵੀ ਤੁਸੀਂ ਜਾ ਸਕਦੇ ਹੋ। ਇਸ ਤੋਂ ਇਲਾਵਾ ਜੋ ਤੁਹਾਡੇ ਸੀਨੀਅਰਸ ਹਨ ਉਹ ਤੁਹਾਡੀ ਤਾਰੀਫ ਕਰਨਗੇ। ਵਿਦੇਸ਼ ਜਾਣ ਦੇ ਬਾਰੇ ਵੀ ਗੁੱਡ ਨਿਊਜ਼ ਤੁਹਾਨੂੰ ਮਿਲ ਸਕਦੀ ਹੈ। 26 ਤੇ 27 ਅਪ੍ਰੈਲ ਨੂੰ ਤੁਹਾਨੂੰ ਮਕਾਨ, ਪ੍ਰੋਪਰਟੀ ਤੇ ਗੱਡੀ ਦਾ ਬਹੁਤ ਵਧੀਆ ਲਾਭ ਹੈ। ਪਿਤਾ ਜੀ ਨਾਲ ਤੁਹਾਡਾ ਤਾਲਮੇਲ ਬਹੁਤ ਹੀ ਅੱਛਾ ਹੁੰਦਾ ਦਿਖੇਗਾ। ਜਿਹੜੇ ਲੋਕ ਕਾਫੀ ਸਮੇਂ ਤੋਂ ਘਰ ਵਿੱਚ ਵਿਹਲੇ ਬੈਠੇ ਹਨ, ਨੌਕਰੀ ਨਹੀਂ ਹੈ, ਉਹਨਾਂ ਦੇ ਵਾਸਤੇ ਨੌਕਰੀ ਵਾਸਤੇ ਸਮਾਂ ਅੱਛਾ ਹੈ। ਜੇਕਰ ਤੁਸੀਂ ਸਮਾਜਿਕ ਵਿਅਕਤੀ ਹੋ ਤਾਂ ਇਸ ਕੰਮ ਧਿਆਨ ਰੱਖਣਾ ਹੈ, ਕੋਈ ਪਿੱਠ ਪਿੱਛੇ ਤੁਹਾਡੀ ਪਲੈਨਿੰਗ ਕਰ ਰਿਹਾ ਹੈ ਤਾਂ ਉਹ ਤੁਸੀਂ ਸਾਵਧਾਨ ਰਹਿਣਾ ਹੈ। ਤੁਹਾਡੀ ਕੋਈ ਵੀ ਪ੍ਰੋਪਰਟੀ ਹੈ ਤਾਂ ਤੁਸੀਂ ਉਸ ਨੂੰ ਸਸਤੇ ਦਾਮ ਤੇ ਨਾ ਵੇਚੋ। ਆਪਣੇ ਜੋ ਸੀਕਰੇਟ ਹੈ, ਰਾਜ ਹਨ, ਤੁਸੀਂ ਕਿਸੇ ਨੂੰ ਨਹੀਂ ਦੱਸਦੇ ਹਨ। ਆਪਣੀ ਮਾਤਾ ਜੀ ਨਾਲ ਤਾਲਮੇਲ ਅੱਛਾ ਰੱਖੋ, ਉਹਨਾਂ ਦੀ ਸਿਹਤ ਦਾ ਧਿਆਨ ਤੁਹਾਨੂੰ ਇਸ ਹਫਤੇ ਰੱਖਣਾ ਪਏਗਾ। ਥੋੜਾ ਜਿਹਾ ਇੱਥੇ ਪ੍ਰੋਪਰਟੀ ਨੂੰ ਲੈ ਕੇ ਸੰਪਤੀ ਵਿਵਾਦ ਵੀ ਨਜ਼ਰ ਆ ਰਿਹਾ ਹੈ, ਤੇ ਸਭ ਤੋਂ ਵੱਡੀ ਇੱਥੇ ਗੱਲ ਇਹ ਹੈ ਕਿ ਕੁਝ ਲੋਕ ਤੁਹਾਡੇ ਕਰੈਕਟਰ ਨੂੰ ਲੈ ਕੇ ਵੀ ਗੱਲਾਂ ਕਰ ਸਕਦੇ ਹਨ, ਤੁਹਾਨੂੰ ਬਦਨਾਮ ਕਰ ਸਕਦੇ ਹਨ, ਇਸ ਗੱਲ ਦਾ ਤੁਹਾਨੂੰ ਧਿਆਨ ਰੱਖਣਾ ਪਏਗਾ। 28 ਤਾਰੀਕ ਨੂੰ ਭਰ ਕੇ ਇਨਕਮ ਦਾ ਯੋਗ ਹੈ, ਲੋਟਰੀ ਸੱਟਾ ਸ਼ੇਅਰ ਮਾਰਕੀਟ ਵਿੱਚ ਵੀ ਬਹੁਤ ਜ਼ਿਆਦਾ ਲਾਭ ਦਿਖ ਰਿਹਾ ਹੈ। ਇਸ ਦੇ ਨਾਲ ਨਾਲ ਵਿਪਰੀਤ ਰਾਜਯੋਗ ਬਣ ਰਿਹਾ ਹੈ, ਤਾਂ ਤੁਸੀਂ ਕੋਰਟ ਕੇਸ ਮੁਕਦਮਾ ਕਚਹਿਰੀ ਵਿੱਚ ਵਿਜਯੀ ਹੀ ਹੋਵੋਗੇ। ਕਹਿਣ ਦਾ ਭਾਵ ਤੁਹਾਨੂੰ ਜਿੱਤ ਪ੍ਰਾਪਤ ਜ਼ਰੂਰ ਹੋਏਗੀ।
ਸੰਤਾਨ ਸੁਖਾਂ ਵਿਚ ਵਿਰਦੀ ਹੈ, ਜੇਕਰ ਸੰਤਾਨ ਦਾ ਕੋਈ ਰਿਜ਼ਲਟ ਹੈ ਤਾਂ ਉਹ ਬੜਾ ਹੀ ਵਧੀਆ ਆਏਗਾ। ਸੰਤਾਨ ਕੰਸੀਵ ਕਰਨ ਦੇ ਰਿਲੇਟਡ ਤੁਹਾਨੂੰ ਗੁੱਡ ਨਿਊਜ਼ ਮਿਲਦੀ ਨਜ਼ਰ ਆਏਗੀ। ਸਭ ਤੋਂ ਵੱਡੀ ਗੱਲ ਇੱਥੇ ਕੀ ਹੈ ਕਿ ਪੈਸੇ ਨਾਲ ਸੰਬੰਧਿਤ ਜਿਹੜੇ ਕੰਮ ਰੁਕੇ ਹੋਏ ਸੀ ਉਹ ਬਿਲਕੁਲ ਸੁਧਰ ਉਹਨਾਂ ਵਿੱਚ ਸੁਧਾਰ ਹੁੰਦਾ ਨਜ਼ਰ ਆਏਗਾ। ਕੁਝ ਹੱਦ ਤੱਕ ਲਾਈਫ ਪਾਰਟਨਰ ਨਾਲ ਤੁਹਾਡਾ ਇਮੋਸ਼ਨਲ ਅਟੈਚਮੈਂਟ ਵਧਦਾ ਹੋਇਆ ਨਜ਼ਰ ਆਏਗਾ, ਜੋ ਕਾਫੀ ਸਮੇਂ ਤੋਂ ਘਟਦਾ ਨਜ਼ਰ ਆ ਰਿਹਾ ਸੀ। ਫਿਰ ਵੀ ਪੂਰੇ ਹਫਤੇ ਦਾ ਫਲ ਅੱਛਾ ਬਣਾਉਣ ਵਾਸਤੇ ਪੂਰਾ ਹਫਤਾ ਘਰ ਤੋਂ ਬਾਹਰ ਨਿਕਲਣ ਵੇਲੇ ਥੋੜਾ ਜਿਹਾ ਗੁੜ ਦੀ ਡਲੀ ਮੂੰਹ ਵਿਚ ਰੱਖ ਕੇ ਜਾਓ, ਤੁਹਾਡੇ ਹਰ ਕੰਮ ਸਫਲ ਹੋਣਗੇ। ਤੇ ਚਲੋ ਜੀ, ਹੁਣ ਗੱਲ ਕਰ ਲੈਂਦੇ ਹਾਂ ਵੀਰਗੋ ਯਾਨੀ ਕਿ ਕੰਨਿਆ ਰਾਸ਼ੀ ਵਾਲਿਆਂ ਦੀ। ਤੇ ਦੇਖੋ ਜੀ, ਹਫਤੇ ਦੀ ਸ਼ੁਰੂਆਤ ਵਿਚ ਤਾਂ ਦੇਖੋ ਜੀ ਚੰਦਰਮਾ ਜੋ ਹੈ ਗੋਚਰ ਕਰ ਰਿਹਾ ਹੈ ਲਗਨ ਭਾਵ ਵਿਚ, ਇਸ ਕਰਕੇ ਹਫਤੇ ਦੀ ਸ਼ੁਰੂਆਤ ਵਿਚ ਜੋ ਤੁਹਾਡਾ ਡਿਸੀਜਨ ਹੈ, ਫੈਸਲਾ ਹੈ, ਯਾ ਇੰਜ ਵੀ ਕਹਿ ਸਕਦੇ ਹੋ ਕਿ ਡਿਸੀਜਨ ਮੇਕਿੰਗ ਪਾਵਰ ਨੂੰ ਜਿਹੜਾ ਉਹ ਘੱਟ ਕਰ ਸਕਦਾ ਹੈ, ਯਾ ਫਿਰ ਤੁਸੀਂ ਕੋਈ ਬਿਨਾ ਸੋਚੇ ਸਮਝੇ ਕੋਈ ਮੋਟਾ ਇਨਵੈਸਟਮੈਂਟ ਕਰ ਸਕਦੇ ਹੋ, ਇਸ ਗੱਲ ਤੇ ਤੁਸੀਂ ਸਾਵਧਾਨ ਰਹਿਣਾ ਹੈ, ਧਿਆਨ ਰੱਖਣਾ ਹੈ। ਜੇ ਕਲੀਅਰ ਸ਼ਬਦਾਂ ਵਿਚ ਬੋਲਾਂ ਤਾਂ ਪੈਸਿਆਂ ਦੇ ਲਾਲਚ ਵਿਚ ਤੁਸੀਂ ਮੋਟਾ ਇਨਵੈਸਟਮੈਂਟ ਹੜਬੜੀ ਵਿਚ ਕਰ ਸਕਦੇ ਹੋ, ਇਸ ਦੇ ਵਿਚ ਤੁਸੀਂ ਖਾਸ ਤੌਰ ਤੇ ਧਿਆਨ ਰੱਖਣਾ ਹੈ। ਸਫਲਤਾ ਦੇ ਰਸਤੇ ਖੁੱਲਣਗੇ, ਛੋਟੀ ਛੋਟੀ ਯਾਤਰਾ ਕਰੋਗੇ ਉਹਦਾ ਵੀ ਲਾਭ ਮਿਲੇਗਾ। ਵਿਆਹ ਦੇ ਯੋਗ ਅੱਛੇ ਹਨ, ਨਾਲ ਦੇ ਨਾਲ ਸੰਤਾਨ ਦੀ ਤਰੱਕੀ ਦਾ ਲਾਭ ਮਿਲੇਗਾ। ਵਿਵਾਹਿਕ ਜੀਵਨ ਵਿਚ ਲਾਈਫ ਪਾਰਟਨਰ ਦੀ ਸਿਹਤ ਵਿਚ ਸੁਧਾਰ ਆਏਗਾ। ਜਿਹੜੇ ਤੁਹਾਡੇ ਕੰਪੀਟੀਟਰ ਹਨ ਉਹ ਤੁਹਾਡੇ ਸਾਹਮਣੇ ਟਿਕ ਨਹੀਂ ਪਾਣਗੇ, ਤੁਹਾਡੀ ਗਰੋਥ ਬੜੀ ਜ਼ਬਰਦਸਤ ਹੋਣ ਵਾਲੀ ਹੈ। 23-24-25 ਨੂੰ ਵੀ ਸਮਾਂ ਬੜਾ ਅੱਛਾ ਹੈ, ਤੁਹਾਡਾ ਨੌਕਰੀ ਪਰਿਵਰਤਨ ਵਾਸਤੇ ਜੋ ਤੁਸੀਂ ਟ੍ਰਾਂਸਫਰ ਸੋਚ ਰਹੇ ਸੀ ਉਹਦਾ ਵੀ ਤੁਹਾਨੂੰ ਲਾਭ ਮਿਲੇਗਾ। ਜੇ ਤੁਸੀਂ ਚਾਹੁੰਦੇ ਹੋ ਟ੍ਰਾਂਸਫਰ ਕਰਨ ਦਾ ਤੇ ਬਿਨਾਂ ਸੋਚੇ ਸਮਝੇ ਤੁਸੀਂ ਟ੍ਰਾਂਸਫਰ ਦੇ ਉੱਤੇ ਹਾਂ ਕਰ ਸਕਦੇ ਹੋ, ਯੈਸ ਕਰ ਸਕਦੇ ਹੋ। ਇਸ ਤੋਂ ਇਲਾਵਾ ਸਸੁਰਾਲ ਪਕਸ਼ ਨਾਲ ਵੀ ਤਾਲਮੇਲ 23-24-25 ਨੂੰ ਠੀਕ ਹੋਏਗਾ। ਧਨ ਦਾ ਬਹੁਤ ਜ਼ਿਆਦਾ ਲਾਭ ਦਿਖਾਈ ਦੇ ਰਿਹਾ ਹੈ 23-24-25 ਨੂੰ। ਸਭ ਤੋਂ ਮੇਨ ਗੱਲ, ਵਿਦੇਸ਼ ਜਾਣ ਦਾ ਯੋਗ ਬਹੁਤ ਹੀ ਅੱਛਾ ਬਣ ਰਿਹਾ ਹੈ। ਜਿਨ੍ਹਾਂ ਜਿਨ੍ਹਾਂ ਲੋਕਾਂ ਨਾਲ ਤੁਹਾਡੇ ਰਿਸ਼ਤੇ ਖਰਾਬ ਹੋ ਗਏ ਸੀ ਉਹਨਾਂ ਦੇ ਨਾਲ ਤੁਹਾਡੇ ਰਿਸ਼ਤੇ ਸੁਧਰਦੇ ਨਜ਼ਰ ਆਣਗੇ। 26-27 ਤਾਰੀਕ ਨੂੰ ਗਲੇ ਦਾ ਰੋਗ ਤੁਹਾਨੂੰ ਥੋੜਾ ਜਿਹਾ ਪਰੇਸ਼ਾਨ ਕਰ ਸਕਦਾ ਹੈ। ਇਸ ਸਮੇਂ ਤੁਹਾਡੇ ਦੋਸਤ ਮਿੱਤਰ ਹੀ ਤੁਹਾਡੇ ਸ਼ਤਰੂ ਤੁਹਾਡੇ ਦੁਸ਼ਮਣ ਬਣ ਸਕਦੇ ਹਨ। ਰਿਸ਼ਤੇਦਾਰਾਂ ਨਾਲ ਥੋੜਾ ਜਿਹਾ ਵਾਦ ਵਿਵਾਦ ਦੇਖਣ ਨੂੰ ਮਿਲ ਸਕਦਾ ਹੈ, ਪ੍ਰੋਪਰਟੀ ਨੂੰ ਲੈ ਕੇ ਜਾਂ ਫਿਰ ਕਿਸੇ ਪੈਸਿਆਂ ਨੂੰ ਲੈ ਕੇ। ਇਸ ਸਮੇਂ ਛੋਟੀ ਛੋਟੀ ਯਾਤਰਾ ਨੂੰ ਤੁਸੀਂ ਟਾਲੋ ਤੇ ਆਪਣੀ ਜਾਂ ਕਿਸੇ ਦੀ ਵੀ ਗੱਲਾਂ ਤੇ ਬਿਲਕੁਲ ਵੀ ਵਿਸ਼ਵਾਸ ਨਾ ਕਰੋ। ਪ੍ਰੋਪਰਟੀ ਸੰਪਤੀ ਤੋਂ ਰਿਲੇਟਿਡ ਵੀ ਕੋਈ ਰਿਸਕ ਨਾ ਲਵੋ। ਜੋ ਵੀ ਤੁਹਾਡੇ ਫੰਡ ਹਨ ਜਿੱਥੇ ਵੀ ਪਏ ਹਨ ਉਹਨਾਂ ਨੂੰ ਛੋੜ ਦੋ, ਕਿਸੇ ਨੂੰ ਦੇਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਤੁਸੀਂ ਕਿਸੇ ਵੀ ਗਲਤ ਟ੍ਰੈਪ ਵਿੱਚ ਫਸ ਸਕਦੇ ਹੋ। 28 ਤਾਰੀਕ ਨੂੰ ਜ਼ਮੀਨ ਮਕਾਨ ਗੱਡੀ ਸੰਪਤੀ ਦਾ ਲਾਭ ਹੈ। ਜਿਹੜੇ ਵੀ ਤੁਹਾਡੇ ਸੋਚੇ ਹੋਏ ਕੰਮ ਹਨ ਉਹ ਪੂਰੇ ਹੋਣਗੇ। ਤੁਸੀਂ ਪੋਲਿਟਿਕਸ ਵਿੱਚ ਹੋ ਤਾਂ ਕਿਤੇ ਵੀ ਅੱਛੀ ਜਗ੍ਹਾ ਤੇ ਤੁਹਾਨੂੰ ਚੁਣਾਵ ਦਾ ਟਿਕਟ ਮਿਲੇਗਾ। ਪਿਤਾ ਜੀ ਦਾ ਪੂਰਾ ਸਹਿਯੋਗ ਮਿਲੇਗਾ, ਮਾਤਾ ਜੀ ਦਾ ਵੀ ਪੂਰਾ ਸਪੋਰਟ ਤੁਹਾਨੂੰ ਮਿਲੇਗਾ। ਜੋ ਲੋਕ ਕਾਫੀ ਸਮੇਂ ਤੋਂ ਘਰ ਵਿਚ ਬੈਠੇ ਸੀ ਨੌਕਰੀ ਦੀ ਤਲਾਸ਼ ਵਿਚ, ਉਸ ਦੇ ਵਾਸਤੇ ਵੀ ਬੜੇ ਅੱਛੇ ਯੋਗ ਬਣ ਰਹੇ ਹਨ। ਇੱਥੇ ਸਭ ਤੋਂ ਵੱਡੀ ਗੱਲ ਕੀ ਹੈ ਕਿ ਜੋ ਤੁਹਾਡੀ ਪੈਤ੍ਰਿਕ ਸੰਪਤੀ ਜਾਂ ਤੁਹਾਡੀ ਕੋਈ ਪ੍ਰੋਪਰਟੀ ਹੈ ਉਹ ਤੁਹਾਨੂੰ ਵਾਪਿਸ ਮਿਲਦੀ ਨਜ਼ਰ ਆਏਗੀ। ਤੁਹਾਡੇ ਜੋ ਤੁਹਾਡੇ ਅਧੀਨ ਜਿਹੜੇ ਲੋਕ ਕੰਮ ਕਰਦੇ ਸੀ, ਤੁਹਾਡੇ ਇੰਪਲੋਈ ਜੋ ਤੁਹਾਨੂੰ ਛੱਡ ਕੇ ਚਲੇ ਗਏ ਸੀ ਉਹ ਵਾਪਿਸ ਆ ਜਾਣਗੇ। ਨਾਲ ਦੇ ਨਾਲ ਬਹੁਤ ਸਮੇਂ ਤੋਂ ਤੁਹਾਡਾ ਜਿਹੜਾ ਘਰ ਹੈ ਉਹ ਕਿਰਾਏ ਤੇ ਨਹੀਂ ਚੜ ਰਿਹਾ ਸੀ, ਰੈਂਟ ਤੇ ਨਹੀਂ ਚੜ ਰਿਹਾ ਸੀ, ਉਹ ਚੜਦਾ ਹੋਇਆ ਨਜ਼ਰ ਆਏਗਾ। ਤੁਹਾਡੇ ਵਾਸਤੇ ਹਫਤੇ ਦੀ ਸਲਾਹ ਹੈ ਕਿ ਜਦੋਂ ਵੀ ਘਰ ਤੋਂ ਬਾਹਰ ਨਿਕਲੋ 2 ਇਲਾਇਚੀਆਂ ਆਪਣੀ ਜੇਬ ਵਿਚ ਪਾ ਕੇ ਲੈ ਕੇ ਜਾਓ, ਤੁਹਾਡਾ ਹਫਤਾ ਬਹੁਤ ਵਧੀਆ ਜਾਏਗਾ। ਜਿਹੜੇ ਦੂਸਰੇ ਲੋਕ ਹਨ ਸ਼ਿਵ ਚਾਲੀਸਾ ਦਾ ਪਾਠ ਕਰਕੇ ਬਾਹਰ ਨਿਕਲੋ ਤਾਂ ਤੁਹਾਡੇ ਵਾਸਤੇ ਬੜਾ ਅੱਛਾ ਰਹੇਗਾ।
ਹੁਣ ਗੱਲ ਕਰ ਲੈਂਦੇ ਹਾਂ ਲਿਬਰਾ ਯਾਨੀ ਕਿ ਤੁਲਾ ਰਾਸ਼ੀ ਵਾਲਿਆਂ ਦੀ। ਤਾਂ ਦੇਖੋ ਜੀ, ਹਫਤੇ ਦੀ ਸ਼ੁਰੂਆਤ 22 ਤਾਰੀਖ ਨੂੰ ਥੋੜੀ ਜੀ ਕਾਨੂੰਨੀ ਪਰੇਸ਼ਾਨੀਆਂ ਨੂੰ ਲੈ ਕੇ ਥੋੜੀ ਅੜਚਨ ਰਹੇਗੀ। 22 ਤਾਰੀਖ ਨੂੰ ਹੀ ਤੁਹਾਡੀ ਨੌਕਰੀ ਵਿੱਚ ਥੋੜੀ ਦਿੱਕਤ ਆ ਸਕਦੀ ਹੈ ਤੇ 22 ਤਾਰੀਖ ਨੂੰ ਕੋਰਟ ਕਚਹਿਰੀ ਦਾ ਜੋ ਰਿਲੇਟਿਡ ਵੀ ਥੋੜੀ ਦਿੱਕਤ ਆ ਸਕਦੀ ਹੈ, ਜਾਂ ਫਿਰ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਰਹੇਗੀ। ਇਸ ਵੇਲੇ ਤੁਸੀਂ ਕੋਈ ਇਨਵੈਸਟਮੈਂਟ ਸੋਚ ਸਮਝ ਕੇ ਕਰਨਾ, ਇਸ ਦੇ ਨਾਲ ਨਾਲ ਆਪਣੀ ਕਮੀਆਂ ਨੂੰ, ਆਪਣੇ ਮਾਈਨਸ ਪੁਆਇੰਟ ਨੂੰ ਕਿਸੇ ਨੂੰ ਵੀ ਨਹੀਂ ਦੱਸਣਾ ਹੈ, ਨਾ ਆਪਣੇ ਸੀਨੀਅਰਸ ਨੂੰ, ਨਾ ਆਪਣੇ ਦੋਸਤਾਂ ਮਿੱਤਰਾਂ ਨੂੰ, ਇਵਨ ਕਿ ਆਪਣੇ ਲਾਈਫ ਪਾਰਟਨਰ ਨੂੰ ਵੀ ਆਪਣੀ ਕਮੀਆਂ ਤੁਸੀਂ ਨਹੀਂ ਦੱਸਣੀਆਂ ਹਨ। ਇਸ ਸਮੇਂ ਤੁਸੀਂ ਆਪਣੀ ਇੱਛਾ ਨੂੰ ਪੂਰਾ ਕਰਨ ਵਾਸਤੇ ਕੋਈ ਚੀਜ਼ ਦਾ ਸਮਾਨ ਜੋ ਖਰੀਦਣਾ ਚਾਹ ਰਹੇ ਸੀ ਉਹ ਪਰਚੇਜ਼ ਨਾ ਹੀ ਕਰੋ ਤਾਂ ਅੱਛਾ ਹੈ। ਇਸ ਤੋਂ ਇਲਾਵਾ ਕੋਈ ਲੋਨ ਜਾਂ ਟੈਕਸ ਜੋ ਤੁਸੀਂ ਭਰ ਰਹੇ ਸੀ ਉਸ ਨੂੰ ਭਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਥੋੜੀ ਦਿੱਕਤ ਆ ਸਕਦੀ ਹੈ। 23, 24 ਤੇ 25 ਤਾਰੀਖ ਨੂੰ ਜੀਵਨ ਸਾਥੀ ਦਾ ਪੂਰਾ ਸਹਿਯੋਗ ਮਿਲੇਗਾ। ਵਿਆਹ ਵਾਸਤੇ ਯੋਗ ਅੱਛੇ ਹਨ। ਦਵਿਤੀ ਸੰਤਾਨ ਦਾ ਸਵਾਸਥ ਸਿਹਤ ਠੀਕ ਹੋਏਗੀ। ਇਸ ਦੇ ਨਾਲ ਨਾਲ ਤੁਸੀਂ ਕੋਈ ਪਾਰਟਨਰਸ਼ਿਪ ਦਾ ਕੰਮ ਸ਼ੁਰੂ ਕਰ ਸਕਦੇ ਹੋ, ਇਹ ਵੀ ਨਜ਼ਰ ਆ ਰਿਹਾ ਹੈ, ਜਾਂ ਫਿਰ ਕੋਈ ਮੋਟਾ ਫੰਡ ਤੁਹਾਨੂੰ ਮਿਲੇਗਾ ਤੇ ਤੁਸੀਂ ਇਕੱਲੇ ਕੰਮ ਵੀ ਸ਼ੁਰੂ ਕਰ ਸਕਦੇ ਹੋ। ਇੱਥੇ ਹੋਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਵੱਡੀ ਕੰਪਨੀ ਦੇ ਤੁਹਾਨੂੰ ਅੱਗੋਂ ਦੀ ਆਫਰ ਆ ਸਕਦਾ ਹੈ ਤੇ ਵਪਾਰ ਜੇ ਢੰਗ ਦਾ ਤੁਹਾਡਾ ਟਿਕਦਾ ਹੋਇਆ ਨਜ਼ਰ ਆਏਗਾ। ਕੰਪੀਟੀਟਰ ਤਾਂ ਤੁਹਾਡੇ ਸਾਹਮਣੇ ਬਿਲਕੁਲ ਟਿਕਣਗੇ ਹੀ ਨਹੀਂ, ਇਹ ਸਭ ਤੋਂ ਵੱਡੀ ਤੁਹਾਡੇ ਵਾਸਤੇ ਗੱਲ ਹੈ। ਸਮਾਜਿਕ ਵੈਲਿਊ ਤੁਹਾਡੀ ਵੱਧ ਰਹੀ ਹੈ, ਮਤਲਬ ਡਿਪਰੈਸ਼ਨ ਵਿੱਚ ਤੁਸੀਂ ਬਿਲਕੁਲ ਨਹੀਂ ਜਾਓਗੇ। 26 ਤੇ 27 ਅਪ੍ਰੈਲ ਦਾ ਸਮਾਂ ਵੀ ਬੜਾ ਅੱਛਾ ਹੈ। ਸਸੁਰਾਲ ਪਕਸ਼ ਨਾਲ ਤਾਲਮੇਲ ਅੱਛਾ ਹੈ। ਕਾਨੂੰਨੀ ਪਚੜੇ ਜੋ ਤੁਹਾਡੇ ਚੱਲ ਰਹੇ ਹਨ ਤਾਂ ਉਸ ਦੇ ਵਿੱਚ ਤੁਹਾਨੂੰ ਜਿੱਤ ਪ੍ਰਾਪਤ ਹੋਣੀ ਸ਼ੁਰੂ ਹੋ ਜਾਏਗੀ, ਹਾਲਾਂਕਿ ਪੈਸਿਆਂ ਦਾ ਖਰਚਾ ਤੁਹਾਡਾ ਹੋਏਗਾ। ਇਹਨਾਂ ਦਿਨਾਂ ਵਿੱਚ ਤੁਸੀਂ ਇਹ ਵੀ ਧਿਆਨ ਰੱਖਣਾ ਹੈ ਕਿ ਤੁਸੀਂ ਸਸੁਰਾਲ ਪਕਸ਼ ਨਾਲ ਆਪਣੇ ਪੁਰਾਣੇ ਮਿੱਤਰ, ਦੋਸਤ ਜਾਂ ਰਿਸ਼ਤੇਦਾਰਾਂ ਜਾਂ ਇਵਨ ਕਿ ਆਪਣੇ ਜੀਵਨ ਸਾਥੀ ਨਾਲ ਵੀ, ਜਾਂ ਫਿਰ ਤੁਸੀਂ ਸੋਸ਼ਲ ਮੀਡੀਆ ਵਿੱਚ ਐਕਟਿਵ ਰਹਿੰਦੇ ਹੋ ਤਾਂ ਉੱਥੇ ਵੀ ਕਿਸੇ ਦੇ ਨਾਲ ਨਾ ਤਾਂ ਤੁਸੀਂ ਬਹਿਸ ਕਰਨੀ ਹੈ, ਨਾ ਹੀ ਕੁਝ ਗਲਤ ਬੋਲਣਾ ਹੈ, ਕਿਉਂਕਿ ਇੱਥੇ ਜੇਕਰ ਤੁਸੀਂ ਆਪਣੇ ਗੁੱਸੇ ਤੇ ਕੰਟਰੋਲ ਨਹੀਂ ਰੱਖਿਆ ਤਾਂ ਕੁਝ ਗਲਤ ਹੋ ਸਕਦਾ ਹੈ। ਪਰਿਵਾਰਿਕ ਸਥਿਤੀਆਂ ਵਿੱਚ ਵੀ ਥੋੜਾ ਧਿਆਨ ਦੇਣ ਦੀ ਜ਼ਰੂਰਤ ਹੈ ਤੇ ਕਿਧਰੇ ਵੀ ਜੇਕਰ ਮੈਰਿਜ ਤੁਸੀਂ ਕਰ ਰਹੇ ਹੋ, ਵਿਆਹ ਇਕਦਮ ਸੈੱਟ ਨਾ ਕਰ ਲੈਣਾ, ਥੋੜਾ ਧਿਆਨ ਦੇਣ ਦੀ ਜ਼ਰੂਰਤ ਹੈ, ਜਾਂ ਫਿਰ ਅਵੋਇਡ ਕਰੋ ਇਸ ਸਮੇਂ ਤਾਂ ਜ਼ਿਆਦਾ ਚੰਗਾ ਹੈ। ਇਸ ਸਮੇਂ ਤੁਹਾਡਾ ਆਤਮ ਵਿਸ਼ਵਾਸ ਵੀ ਵਧੇਗਾ। ਆਪਦੇ ਕੋਲ ਫਸੇ ਹੋਏ ਫੰਡ ਵਾਪਿਸ ਮਿਲਣਗੇ, ਰਿਸ਼ਤੇਦਾਰਾਂ ਕੋਲ ਫਸੇ ਹੋਏ ਫੰਡ ਵਾਪਿਸ ਮਿਲਦੇ ਹੋਏ ਨਜ਼ਰ ਆਣਗੇ, ਮਤਲਬ ਕਿ ਜੇਕਰ ਤੁਸੀਂ ਉਹਨਾਂ ਨੂੰ ਕੋਈ ਪੈਸੇ ਦਿੱਤੇ ਹੋਏ ਹਨ ਤਾਂ ਉਹ ਵਾਪਿਸ ਆਣਗੇ। ਸਿੱਖਿਆ ਵਿੱਚ ਬੜੋਤਰੀ ਹੈ, ਸੰਤਾਨ ਕੰਸੀਵ ਹੋਣ ਦੀ ਗੁੱਡ ਨਿਊਜ਼ ਹੈ। ਕੁਝ ਹੱਦ ਤੱਕ ਸ਼ੇਅਰ ਮਾਰਕੀਟ, ਲਾਟਰੀ ਸੱਟਾ ਵਿੱਚ ਲਾਭ ਨਜ਼ਰ ਆ ਰਿਹਾ ਹੈ, ਪਰ 26 ਤੇ 27 ਤਾਰੀਖ ਨੂੰ ਇੱਥੇ ਪੈਸਾ ਨਾ ਲਗਾਉਣਾ ਚਾਹੀਦਾ ਹੈ ਤੁਹਾਨੂੰ। ਇਸ ਤੋਂ ਇਲਾਵਾ ਕੋਈ ਜੌਬ ਜਾਂ ਇੰਟਰਵਿਊ ਹੈ ਤਾਂ ਉਹਦੇ ਵਿੱਚ ਲਾਭ ਹੈ, ਪ੍ਰੋਪਰਟੀ ਵਿੱਚ ਲਾਭ ਹੈ। ਤੁਹਾਡੇ ਵਾਸਤੇ ਹਫਤੇ ਦੀ ਸਲਾਹ ਹੈ ਕਿ ਜੇਕਰ ਤੁਸੀਂ ਜੋਤ ਜਲਾਉਂਦੇ ਹੋ ਘਰ ਵਿੱਚ ਤਾਂ ਨਾਰੀਅਲ ਤੇਲ ਦੀ ਇਸ ਹਫਤੇ ਜੋਤ ਜਲਾਓ ਤਾਂ ਇਹ ਹਫਤਾ ਤੁਹਾਡੇ ਵਾਸਤੇ ਬੜਾ ਹੀ ਸੁਪਰ ਜਾਏਗਾ। ਹੁਣ ਗੱਲ ਕਰ ਲੈਂਦੇ ਹਾਂ ਸਕੋਰਪੀਓ ਯਾਨੀ ਕਿ ਵ੍ਰਿਸ਼ਭ ਰਾਸ਼ੀ ਵਾਲਿਆਂ ਦੀ। ਤਾਂ ਦੇਖੋ, ਹਫਤੇ ਦੀ ਸ਼ੁਰੂਆਤ 22 ਤਾਰੀਖ ਨੂੰ ਇਨਕਮ ਦੇ ਸੋਰਸ ਬੜੇ ਅੱਛੇ ਹਨ। ਇਸ ਵੇਲੇ ਲਾਟਰੀ ਸੱਟਾ ਸ਼ੇਅਰ ਮਾਰਕੀਟ ਦਾ ਲਾਭ ਹੈ ਤੇ ਸੰਤਾਨ ਕੰਸੀਵ ਹੋਣ ਦਾ ਗੁੱਡ ਨਿਊਜ਼ ਹੈ। ਤੁਹਾਡੀ ਸੰਤਾਨ ਦੀ ਤਰੱਕੀ ਹੋਏਗੀ, ਉਹ ਵੀ ਗੁੱਡ ਨਿਊਜ਼ ਹੈ। ਤੁਹਾਡੀ ਸੰਤਾਨ ਦੀ ਸੰਤਾਨ ਵੱਲੋਂ ਧਨ ਦੀ ਪ੍ਰਾਪਤੀ ਹੋਏਗੀ, ਉਹ ਵੀ ਗੁੱਡ ਨਿਊਜ਼ ਹੈ। ਤੇ ਲਵ ਲਾਈਫ ਵਿੱਚ ਕਾਫੀ ਸਮੇਂ ਤੋਂ ਬਖੇੜਾ ਜੋ ਸ਼ੁਰੂ ਸੀ ਉਹ ਵੀ ਸੁਧਰਦਾ ਨਜ਼ਰ ਆਏਗਾ। ਜੌਬ ਹੈ, ਇੰਟਰਵਿਊ ਹੈ, ਉਸਦੇ ਵਿੱਚ ਤੁਸੀਂ ਪਾਸ ਹੋ ਰਹੇ ਹੋ, ਕੋਈ ਸ਼ੱਕ ਨਹੀਂ ਹੈ। 23, 24 ਤੇ 25 ਅਪ੍ਰੈਲ ਨੂੰ ਕਾਫੀ ਹੱਦ ਤੱਕ ਤੁਸੀਂ ਆਪਣੇ ਲੋਨ ਤੇ ਕਰਜ਼ ਦੀ ਸਮਾਪਤੀ ਕਰ ਦੋਗੇ। ਇਸ ਦੇ ਨਾਲ ਨਾਲ ਪੁਰਾਣੇ ਨੌਕਰ ਚਾਕਰ ਜਾਂ ਪੁਰਾਣੇ ਰਿਸ਼ਤੇਦਾਰ ਜੋ ਤੁਹਾਨੂੰ ਡਿਸਟਰਬ ਕਰ ਰਹੇ ਹਨ ਉਹਨਾਂ ਨਾਲੋਂ ਤੁਸੀਂ ਦੂਰੀਆਂ ਬਣਾ ਲਓ। ਵਿਦੇਸ਼ ਜਾਣ ਵਾਸਤੇ ਗੁੱਡ ਨਿਊਜ਼ ਮਿਲਦਾ ਨਜ਼ਰ ਆਏਗਾ।
ਗੌਰਮੈਂਟ ਸਰਕਾਰੀ ਕੰਮ ਵਿੱਚ ਜੇਕਰ ਤੁਹਾਡੇ ਕੋਈ ਪੈਸੇ ਫਸੇ ਹੋਏ ਹਨ ਤਾਂ ਉਸ ਸਰਕਾਰੀ ਫੰਡ ਤੁਹਾਨੂੰ ਮਿਲਦੇ ਨਜ਼ਰ ਆਣਗੇ ਉਸ ਦੇ ਵਿੱਚ। ਦੇ ਨਾਲ ਨਾਲ ਤੁਸੀਂ ਕਾਫੀ ਸਮੇਂ ਤੋਂ ਸੋਚ ਰਹੇ ਸੀ ਕਿ ਨੌਕਰੀ ਨੂੰ ਛੱਡ ਕੇ ਕਿਸੇ ਹੋਰ ਜਗ੍ਹਾ ਤੇ ਜੁਆਇਨ ਕਰੋ ਤੇ ਉਹ ਵੀ ਯੋਗ ਬੰਦਾ ਇਸ ਹਫਤੇ ਨਜ਼ਰ ਆਏਗਾ। ਹਾਲਾਂਕਿ 26 ਤੇ 27 ਤਾਰੀਖ ਤੁਹਾਡੇ ਜੀਵਨ ਸਾਥੀ ਦੀ ਸਿਹਤ ਵਾਸਤੇ ਅੱਛਾ ਹੈ, ਵਪਾਰ ਵਾਸਤੇ ਅੱਛਾ ਹੈ, ਵਿਆਹ ਦੇ ਰਿਸ਼ਤੇ ਵੀ ਤੁਹਾਨੂੰ ਆਣਗੇ ਤੇ ਤੁਹਾਡੇ ਕੰਪੀਟੀਟਰ ਤਾਂ ਤੁਹਾਡੇ ਅੱਗੇ ਟਿਕ ਵੀ ਨਹੀਂ ਪਾਣਗੇ। ਪਰ ਇਸ ਸਮੇਂ ਕੁਝ ਲੋਕ ਤੁਹਾਨੂੰ ਤੁਹਾਡੇ ਸੀਨੀਅਰ ਹੋ ਸਕਦੇ ਹਨ ਜਾਂ ਤੁਹਾਡੇ ਪਿਤਾ ਵੀ ਹੋ ਸਕਦੇ ਹਨ ਜਾਂ ਤੁਹਾਡੇ ਰਿਸ਼ਤੇਦਾਰ ਹੋ ਸਕਦੇ ਹਨ, ਤੁਹਾਨੂੰ ਡੀਮੋਟੀਵੇਟ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਕਰਕੇ ਤੁਸੀਂ ਕੁਝ ਫੈਸਲਾ ਨਹੀਂ ਲੈਣਾ ਹੈ, ਜੋ ਤੁਸੀਂ ਕਰ ਰਹੇ ਹੋ ਉਸ ਨੂੰ ਹੀ ਕਰਦੇ ਰਹਿਣਾ ਹੈ, ਲੋਕਾਂ ਦੀਆਂ ਗੱਲਾਂ ਵਿੱਚ ਬਿਲਕੁਲ ਨਹੀਂ ਆਉਣਾ ਹੈ। ਨਾਲ ਦੇ ਨਾਲ ਦੇਖੋ ਜੀ, ਵਿਆਹ ਵਾਸਤੇ ਤੁਹਾਨੂੰ ਰਿਸ਼ਤੇ ਆ ਰਹੇ ਹਨ, ਅੱਛੇ ਆ ਰਹੇ ਹਨ, ਪਰ ਤੁਸੀਂ ਉਹਦੇ ਵਿੱਚ ਤੁਸੀਂ ਫੈਸਲਾ ਨਹੀਂ ਲੈ ਪਾ ਰਹੇ ਸੀ ਤਾਂ ਕਨਫਿਊਜ਼ਨ ਨਹੀਂ ਰੱਖਣੀ ਹੈ, ਓਕੇ ਕਰ ਦੇਣਾ ਹੈ। 28 ਤਾਰੀਖ ਨੂੰ ਪੈਸਿਆਂ ਦਾ ਲਾਭ ਹੈ, ਧਨ ਦੇ ਯੋਗ ਬੜੇ ਅੱਛੇ ਹਨ, ਪਾਰ ਪਾਰ ਕੇ ਪੈਸਾ ਆਏਗਾ, ਸਸੁਰਾਲ ਪਕਸ਼ ਨਾਲ ਤਾਲਮੇਲ ਅੱਛਾ ਹੁੰਦਾ ਨਜ਼ਰ ਆਏਗਾ। ਇਸ ਸਮੇਂ ਵਿਦੇਸ਼ ਯਾਤਰਾ ਦੇ ਨਾਲ ਨਾਲ ਧਾਰਮਿਕ ਯਾਤਰਾ ਤੇ ਵੀ ਤੁਸੀਂ ਘੁੰਮਣ ਜਾ ਸਕਦੇ ਹੋ। ਮਨੀ ਸੇਵਿੰਗ ਦੇ ਲਈ ਇਹ ਸਮਾਂ ਬਹੁਤ ਹੀ ਬਿਹਤਰ ਨਜ਼ਰ ਆਉਂਦਾ ਦਿਖੇਗਾ। ਜੀਵਨ ਸਾਥੀ ਵੱਲੋਂ ਤੁਹਾਨੂੰ ਕੁਝ ਗਿਫਟ ਦੀ ਪ੍ਰਾਪਤੀ ਵੀ ਹੋ ਸਕਦੀ ਹੈ, ਲਵ ਲਾਈਫ ਵਿੱਚ ਸੁਧਾਰ ਆਏਗਾ। ਤੁਹਾਡੇ ਵਾਸਤੇ ਹਫਤੇ ਦੀ ਸਲਾਹ ਹੈ ਕਿ ਜਦੋਂ ਵੀ ਤੁਸੀਂ ਘਰ ਤੋਂ ਬਾਹਰ ਨਿਕਲਣਾ ਹੈ ਤਾਂ ਥੋੜਾ ਜਿਹਾ ਪਨੀਰ ਦਾ ਸੇਵਨ ਕਰਕੇ ਬਾਹਰ ਨਿਕਲੋ, ਹਰ ਕੰਮ ਵਿੱਚ ਸਫਲਤਾ ਤੁਹਾਨੂੰ ਜ਼ਰੂਰ ਮਿਲੇਗੀ। ਹੁਣ ਗੱਲ ਕਰ ਲੈਂਦੇ ਹਾਂ ਸੈਜੀਟੇਰੀਅਸ ਯਾਨੀ ਕਿ ਧਨੂ ਰਾਸ਼ੀ ਵਾਲਿਆਂ ਦੀ। ਤਾਂ ਦੇਖੋ, ਹਫਤੇ ਦੀ ਸ਼ੁਰੂਆਤ ਯਾਨੀ ਕਿ 22 ਅਪ੍ਰੈਲ ਨੂੰ ਨਵੀਂ ਨੌਕਰੀ, ਨਵੇਂ ਵਪਾਰ ਵਾਸਤੇ ਸਮਾਂ ਬਹੁਤ ਅੱਛਾ ਹੈ। ਨਾਲ ਦੇ ਨਾਲ ਇਹ ਸਮਾਂ ਜਿਹੜਾ ਹੈ ਤੁਹਾਨੂੰ ਕੋਈ ਜ਼ਮੀਨ, ਮਕਾਨ, ਗੱਡੀ, ਵਾਹਨ ਖਰੀਦਣ ਵਾਸਤੇ ਵੀ ਬਹੁਤ ਅੱਛਾ ਹੈ। ਮਾਤਾ ਪਿਤਾ ਦਾ ਜੋ ਸਵਾਸਥ ਸੀ, ਜੋ ਸਿਹਤ ਸੀ, ਖਰਾਬ ਚੱਲ ਰਹੀ ਸੀ, ਉਹਦੇ ਵਿੱਚ ਸੁਧਾਰ ਹੁੰਦਾ ਨਜ਼ਰ ਆਏਗਾ। ਇਸ ਵੇਲੇ ਕਈ ਲੋਕ ਤੁਹਾਡੀ ਪ੍ਰੋਪਰਟੀ ਨੂੰ ਜਾਂ ਫਿਰ ਤੁਹਾਡੀ ਸਫਲਤਾ ਨੂੰ ਵੇਖ ਕੇ ਸੜਨਗੇ, ਜਲਣਗੇ, ਪਰ ਤੁਹਾਨੂੰ ਪਰਵਾਹ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਦੂਜੇ ਲੋਕਾਂ ਦਾ ਤੁਹਾਨੂੰ ਪੂਰਾ ਸਹਿਯੋਗ ਮਿਲੇਗਾ। ਕੋਈ ਵੀ ਕੇਸ ਮੁਕਦਮਾ ਜਾਂ ਪ੍ਰੋਪਰਟੀ ਦਾ ਵਾਦ ਵਿਵਾਦ ਹੈ, ਉਹ ਤੁਹਾਡੇ ਫੇਵਰ ਵਿੱਚ ਹੀ ਆ ਰਿਹਾ ਹੈ। ਇਹ ਸਭ ਤੋਂ ਵੱਡੀ ਗੱਲ ਹੈ। ਪਿਤਾ ਦਾ ਵੀ ਤੁਹਾਨੂੰ ਸਹਿਯੋਗ ਮਿਲੇਗਾ, ਤੁਹਾਡੇ ਸੀਨੀਅਰਸ ਵੀ ਤੁਹਾਡੇ ਸਹਿਯੋਗ, ਇੱਕ ਤਾਂ ਤੁਹਾਡਾ ਤੁਹਾਨੂੰ ਸਹਿਯੋਗ ਤਾਂ ਦੇਣਗੇ ਹੀ, ਤੁਹਾਡੇ ਫੇਵਰ ਵਿੱਚ ਹੀ ਗੱਲ ਵੀ ਕਰਨਗੇ। ਤੁਹਾਡੇ ਕਰਮ ਖੇਤਰ ਵਿੱਚ ਯਾਨੀ ਕਿ ਜਿੱਥੇ ਤੁਸੀਂ ਕੰਮ ਕਰਦੇ ਹੋ, ਤਾਂ ਕਈ ਲੋਕਾਂ ਨੇ ਤੁਹਾਡੇ ਕਰੈਕਟਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ, ਤਾਂ ਬਿਲਕੁਲ ਚਿੰਤਾ ਕਰਨੀ ਛੱਡ ਦੋ, ਉਹ ਲੋਕ ਗੈਟ ਲੋਸਟ ਹੋ ਜਾਣਗੇ ਤੇ ਤੁਹਾਡਾ ਕਰੈਕਟਰ ਬਿਲਕੁਲ ਕਲੀਅਰ ਸਾਬਿਤ ਹੋ ਜਾਏਗਾ। 23-24-25 ਅਪ੍ਰੈਲ ਨੂੰ ਲੋਟਰੀ, ਸੱਟਾ, ਸ਼ੇਅਰ ਮਾਰਕੀਟ ਵਿੱਚ ਲਾਭ ਹੈ, ਵਿਦੇਸ਼ ਜਾਣ ਦੇ ਯੋਗ ਅੱਛੇ ਹਨ, ਸੰਤਾਨ ਦੀ ਤਰੱਕੀ ਹੈ, ਲਵ ਲਾਈਫ ਅੱਛੀ ਹੈ, ਨਾਲ ਦੇ ਨਾਲ ਸੰਪਤੀ ਵਿੱਚ ਕੋਈ ਵਾਦ ਵਿਵਾਦ ਜੋ ਚੱਲ ਰਿਹਾ ਸੀ ਤੇ ਵਿਪਰੀਤ ਰਾਜਯੋਗ ਦੇ ਕਾਰਨ ਉਹ ਤੁਹਾਡੇ ਫੇਵਰ ਵਿੱਚ ਹੀ ਆਏਗਾ। ਤੁਸੀਂ ਕਿਸੇ ਦੇ ਉੱਤੇ ਕੇਸ ਕੀਤਾ ਹੋਇਆ ਸੀ ਤਾਂ ਉਹਦੇ ਵਿੱਚ ਤੁਸੀਂ ਵਿਜੇਈ ਹੋ ਕੇ ਮਾਨ ਹਾਨੀ ਪੈਸਾ ਮਿਲਦਾ ਹੋਇਆ ਦਿਖੇਗਾ। ਨਾਲ ਦੇ ਨਾਲ ਕੋਈ ਜੌਬ ਹੈ, ਇੰਟਰਵਿਊ ਹੈ ਅਤੇ ਤੁਹਾਡਾ ਸਿਲੈਕਸ਼ਨ ਹੋ ਰਿਹਾ ਹੈ, ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਜਿਹੜੇ ਲੋਕ ਚਾਹ ਰਹੇ ਸੀ ਨਾ ਕਿ ਨੌਕਰੀ ਵਿੱਚ ਕੁਝ ਸਾਡੇ ਵਾਸਤੇ ਵੱਡਾ ਹੋਵੇ ਜਾਂ ਮਤਲਬ ਨੌਕਰੀ ਦਾ ਕੋਈ ਅੱਛਾ ਪੈਕੇਜ ਆਵੇ, ਤਾਂ ਉਹਨਾਂ ਦਾ ਵੀ ਇੰਤਜ਼ਾਰ ਖਤਮ ਹੋਏਗਾ, ਬਹੁਤ ਹੀ ਅੱਛਾ ਯੋਗ ਬਣ ਰਿਹਾ ਹੈ। 26-27 ਅਪ੍ਰੈਲ ਨੂੰ ਤੁਸੀਂ ਪੈਸਿਆਂ ਨੂੰ ਥੋੜਾ ਬਚਾਉਣਾ ਹੈ, ਕਿਉਂਕਿ ਥੋੜੇ ਲੋਕ ਐਸੇ ਦਿਖ ਰਹੇ ਹਨ ਜੋ ਕਿ ਤੁਹਾਨੂੰ ਬੇਵਕੂਫ ਬਣਾ ਕੇ ਤੁਹਾਡੇ ਤੋਂ ਪੈਸਾ ਖਰਚਾ ਕਰਵਾ ਸਕਦੇ ਹਨ। ਗਲਤ ਜਗ੍ਹਾ ਤੇ ਗਲਤ ਪੈਸੇ ਲਗਾ ਕੇ ਤੁਹਾਨੂੰ ਉਹ ਡਿਸਟਰਬ ਕਰ ਸਕਦੀ ਹੈ ਉਹ ਚੀਜ਼। ਤੁਹਾਡੇ ਜਿਹੜੇ ਗੁਪਤ ਸ਼ਤਰੂ ਹਨ ਜੋ ਪਿੱਛੇ ਹੀ ਰਹਿੰਦੇ ਹਨ, ਤੁਹਾਡੇ ਉੱਤੇ ਵਾਰ ਕਰਦੇ ਹਨ, ਉਹ ਤੁਹਾਡਾ ਕੁਛ ਨਹੀਂ ਵਿਗਾੜ ਪਾਣਗੇ। ਪ੍ਰੋਪਰਟੀ ਦਾ ਕੋਈ ਵਾਦ ਵਿਵਾਦ ਹੈ ਉਹ ਠੀਕ ਹੋਏਗਾ, ਪਿਤਾ ਦਾ ਜੋ ਸਵਾਸਥ ਸੀ, ਸਿਹਤ ਸੀ, ਉਹ ਠੀਕ ਹੋਏਗੀ। ਤੇ 28 ਅਪ੍ਰੈਲ ਦੀ ਗੱਲ ਕਰੀਏ ਤਾਂ ਬੱਲੇ ਬੱਲੇ ਹੈ,
ਵਿਆਹ ਦੇ ਯੋਗ ਅੱਛੇ ਹਨ, ਜਿਨ੍ਹਾਂ ਨੇ ਡਾਇਵੋਰਸ ਲੈਣਾ ਸੀ, ਆਪਣੇ ਵਿਆਹ ਨੂੰ ਖਤਮ ਕਰਨਾ ਸੀ, ਤਾਂ ਉਹ ਵੀ ਜੋ ਪੈਂਡਿੰਗ ਪਿਆ ਸੀ ਕਾਫੀ ਸਮੇਂ ਤੋਂ, ਮਾਮਲਾ ਲਟਕਿਆ ਹੋਇਆ ਸੀ, ਉਹ ਵੀ ਸਾਫ਼ ਹੁੰਦਾ ਨਜ਼ਰ ਆਏਗਾ। ਸੰਤਾਨ ਦੀ ਤਰੱਕੀ ਦਾ ਲਾਭ ਨਜ਼ਰ ਆ ਰਿਹਾ ਹੈ। 28 ਤਾਰੀਖ ਨੂੰ ਜੀਵਨ ਦੇ ਵੱਡੇ ਵੱਡੇ ਕੁਝ ਫੈਸਲੇ ਤੁਸੀਂ ਲਵੋਗੇ, ਤੇ ਇਹ ਜਿਹੜਾ ਫੈਸਲਾ ਹੋਏਗਾ ਉਹ ਤੁਹਾਡਾ ਬੜਾ ਹੀ ਕੜਾ ਫੈਸਲਾ ਹੋਏਗਾ, ਤੇ ਅੱਗੇ ਜਾ ਕੇ ਫਿਊਚਰ ਵਿੱਚ ਉਸਦਾ ਤੁਹਾਨੂੰ ਲਾਭ ਦਿਲਾਏਗਾ। ਫਿਰ ਵੀ ਹਫਤੇ ਦੇ ਫਲ ਨੂੰ ਅੱਛਾ ਬਣਾਉਣ ਵਾਸਤੇ ਤੁਹਾਡੇ ਵਾਸਤੇ ਹਫਤੇ ਦੀ ਸਲਾਹ ਹੈ ਕਿ ਜੇਕਰ ਘਰ ਵਿੱਚ ਤੁਸੀਂ ਲਕਸ਼ਮੀ ਮਾਂ ਦੀ ਤਸਵੀਰ ਰੱਖੀ ਹੋਈ ਹੈ, ਫੋਟੋ ਰੱਖੀ ਹੋਈ ਹੈ, ਤਾਂ ਤੁਸੀਂ ਲਾਲ ਰੰਗ ਦਾ ਫੁੱਲ ਹਮੇਸ਼ਾ ਹਰ ਹਫਤੇ ਦੇ ਹਰ ਦਿਨ ਤੁਸੀਂ ਚੜਾਓ, ਤਾਂ ਤੁਹਾਡੇ ਘਰ ਵਿੱਚ ਬਹੁਤ ਹੀ ਵਧੀਆ ਸੁਖ ਸਮਰਿਧੀ ਆਉਣ ਦੀ ਸੰਭਾਵਨਾ ਹੈ। ਹੁਣ ਗੱਲ ਕਰ ਲੈਂਦੇ ਹਾਂ ਕੈਪਰੀਕੋਰਨ ਯਾਨੀ ਕਿ ਮਕਰ ਰਾਸ਼ੀ ਵਾਲਿਆਂ ਦੀ, ਤਾਂ ਹਫਤੇ ਦੀ ਸ਼ੁਰੂਆਤ 22 ਅਪ੍ਰੈਲ ਨੂੰ ਤੁਸੀਂ ਫੁੱਲ ਕੌਨਫੀਡੈਂਸ ਦੇ ਨਾਲ ਨਵੇਂ ਕੰਮ ਸ਼ੁਰੂ ਕਰੋਗੇ। ਤੁਹਾਡੇ ਜੀਵਨ ਵਿੱਚ ਪੁਰਾਣੀ ਲਵ ਲਾਈਫ ਦੀ ਵਾਪਿਸ ਆਉਣ ਦੀ ਸੰਭਾਵਨਾ ਬਣੇਗੀ। ਆਤਮ ਵਿਸ਼ਵਾਸ ਵਧੇਗਾ, ਕੌਨਫੀਡੈਂਸ ਵਧੇਗਾ, ਤਾਂ ਆਟੋਮੈਟਿਕਲੀ ਹਰ ਪਾਸਿਓ ਤੁਹਾਡੇ ਰਸਤੇ ਜੋ ਖੁੱਲ ਜਾਣਗੇ, ਤੁਹਾਡੇ ਜੀਵਨ ਦੇ ਨਵੇਂ ਨਵੇਂ ਰਸਤੇ ਖੁੱਲਣਗੇ, ਜੋ ਕਿ ਤੁਹਾਡੇ ਵਾਸਤੇ ਫਾਇਦੇਮੰਦ ਸਿੱਧ ਹੋਣਗੇ। ਸਾਲਾਂ ਤੋਂ ਰੁਕਿਆ ਹੋਇਆ ਪ੍ਰਮੋਸ਼ਨ ਇਸ ਸਮੇਂ ਤੈਅ ਹੈ, ਪਰ ਸੀਨੀਅਰਸ ਦੇ ਨਾਲ ਮਤਭੇਦਤਾ ਵੀ ਹੋ ਸਕਦੀ ਹੈ। ਨਾਲ ਦੇ ਨਾਲ ਵਿਦੇਸ਼ ਜਾਣ ਵਾਸਤੇ ਥੋੜਾ ਜਿਹਾ ਦਿੱਕਤ ਆ ਸਕਦਾ ਹੈ। 23, 24, 25 ਅਪ੍ਰੈਲ ਬਹੁਤ ਵਧੀਆ ਸਮਾਂ ਹੈ। ਜੇ ਤੁਸੀਂ ਵਪਾਰ ਕਰਦੇ ਹੋ ਤਾਂ ਤੁਹਾਡਾ ਵਪਾਰ ਸਿਖਰ ਤੇ ਰਹੇਗਾ, ਆਸਮਾਨ ਨੂੰ ਛੂਵੇਗਾ। ਅਚਾਨਕ ਵਪਾਰ ਵਿੱਚ ਮੋਟੇ ਮੋਟੇ ਆਰਡਰ ਮਿਲਣਗੇ। ਬਹੁਤ ਟਾਈਮ ਤੋਂ ਜਿਹੜੇ ਲੋਕ ਘਰ ਵਿੱਚ ਬੈਠੇ ਹਨ, ਉਹਨਾਂ ਵਾਸਤੇ ਨਵੀਂ ਨਵੀਂ ਨੌਕਰੀ ਦੇ ਯੋਗ ਦਿਖਣਗੇ। ਸਮਾਜਿਕ ਵੈਲਿਊ ਈਸ਼ਵਰ ਦੀ ਕਿਰਪਾ ਨਾਲ ਤੁਹਾਡੀ ਦਮਾਦਮ ਵਧਣ ਵਾਲੀ ਹੈ। ਤੁਹਾਡੀ ਮਾਤਾ ਜੀ ਦਾ ਤੁਹਾਨੂੰ ਪੂਰਾ ਸਹਿਯੋਗ ਮਿਲੇਗਾ। ਸੰਪਤੀ ਵਾਦ ਵਿਵਾਦ, ਪ੍ਰਾਪਰਟੀ ਵਾਦ ਵਿਵਾਦ ਜੇਕਰ ਕੋਈ ਚੱਲ ਰਿਹਾ ਹੈ ਤਾਂ ਤੁਹਾਡੇ ਫੇਵਰ ਵਿੱਚ ਆਂਦਾ ਦਿਖੇਗਾ। 26 ਤੇ 27 ਅਪ੍ਰੈਲ ਨੂੰ ਤੁਹਾਡੇ ਸੰਤਾਨ ਸੁੱਖਾਂ ਵਿੱਚ ਵਿਰਧੀ ਹੈ, ਵਾਧਾ ਹੈ। ਕਹਿਣ ਦਾ ਭਾਵ ਤੁਹਾਡੇ ਪ੍ਰਥਮ ਸੰਤਾਨ ਤੇ ਦਵਿਤੀਯ ਸੰਤਾਨ ਸਭ ਬੱਚਿਆਂ ਦੀ ਵਿਰਧੀ ਹੈ, ਪ੍ਰੋਗਰੈਸ ਹੈ, ਤਰੱਕੀ ਹੈ। ਪਰ ਮੈਂ ਇੱਥੇ ਤੁਹਾਨੂੰ ਜਰੂਰ ਦੱਸਣਾ ਚਾਹਾਂਗੀ ਕਿ ਵਿਦੇਸ਼ ਜਾਣ ਵਿੱਚ ਕੁਝ ਪਰੇਸ਼ਾਨੀਆਂ ਹਨ, ਤੇ ਉਹ ਪਰੇਸ਼ਾਨੀਆਂ ਤੁਹਾਨੂੰ ਹਾਲੇ ਵੀ ਰਹਿਣਗੀਆਂ। ਨਾਲ ਦੇ ਨਾਲ ਵੱਡੇ ਭੈਣ ਭਰਾਵਾਂ ਦੇ ਚਲਦੇ ਤੁਹਾਨੂੰ ਕੁਝ ਦਿੱਕਤਾਂ ਆ ਸਕਦੀਆਂ ਹਨ, ਜਿਸ ਦੇ ਨਾਲ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ। ਇਸ ਦੇ ਨਾਲ ਜੋ ਸੰਤਾਨ ਕਨਸੀਵ ਕਰਕੇ ਰੱਖੇ ਹਨ, ਕਹਿਣ ਦਾ ਭਾਵ ਜੋ ਪ੍ਰੈਗਨੈਂਟ ਲੇਡੀਜ਼ ਹਨ, ਪ੍ਰੈਗਨੈਂਸੀ ਦੇ ਪੀਰੀਅਡ ਵਿੱਚ ਕੁਝ ਬਾਧਾ ਆ ਸਕਦੀ ਹੈ, ਸਮੱਸਿਆ ਆ ਸਕਦੀ ਹੈ, ਤੁਹਾਨੂੰ ਧਿਆਨ ਰੱਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਤੁਹਾਡਾ ਕੋਈ ਜੌਬ ਜਾਂ ਇੰਟਰਵਿਊ ਹੈ, ਜੇਕਰ ਤੁਸੀਂ ਕੌਨਫੀਡੈਂਸ ਨਾਲ ਜਵਾਬ ਦਿਓਗੇ ਤਾਂ ਉਸ ਦੇ ਵਿੱਚ ਤੁਸੀਂ ਪਾਸ ਹੁੰਦੇ ਨਜ਼ਰ ਆਓਗੇ। 28 ਅਪ੍ਰੈਲ ਨੂੰ ਤੁਸੀਂ ਕੋਈ ਵੱਡੇ ਲੋਨ ਜਾਂ ਕਰਜ਼ ਦੀ ਸਮਾਪਤੀ ਕਰੋਗੇ। ਕਿਧਰੇ ਤੁਸੀਂ ਆਪਣੀ ਮਨ ਪਸੰਦ ਸੰਪਤੀ ਪ੍ਰੋਪਰਟੀ ਲੈਣਾ ਚਾਹ ਰਹੇ ਸੀ, ਉਹ ਵੀ ਤੁਸੀਂ ਲਵੋਗੇ। ਪਰ ਇੱਥੇ ਕੁਝ ਐਸੀ ਸਿਚੁਏਸ਼ਨ ਵੀ ਆਏਗੀ ਜਿਸ ਦੇ ਨਾਲ ਲਵ ਲਾਈਫ ਵਿੱਚ ਪਾਰਟਨਰ ਨਾਲ ਤੁਹਾਡੀ ਬਹਿਸਬਾਜ਼ੀ, ਥੋੜੀ ਮਤਭੇਦਤਾ, ਦੂਰੀਆਂ ਵੀ ਆ ਸਕਦੀਆਂ ਹਨ। ਇਸ ਕਰਕੇ ਤੁਹਾਨੂੰ ਬਹੁਤ ਹੀ ਪੇਸ਼ੈਂਸ ਰੱਖਣਾ ਪਏਗਾ। ਇਸ ਸਮੇਂ ਤੁਸੀਂ ਆਪਣੀਆਂ ਗੁਪਤ ਗੱਲਾਂ, ਆਪਣੇ ਸੀਕ੍ਰੇਟ ਕਿਸੇ ਦੇ ਨਾਲ ਸ਼ੇਅਰ ਨਾ ਕਰਨਾ। ਨਾਲ ਤੁਸੀਂ ਆਪਣੇ ਸਨਮਾਨ ਵਿੱਚ ਕਮੀ ਜਾਂ ਕਾਨੂੰਨੀ ਪਚੜਿਆਂ ਵਿੱਚ ਵੀ ਫਸ ਸਕਦੇ ਹੋ। ਸੁਰਾਲ ਪਕਸ਼ ਨਾਲ ਵੀ ਤਾਲਮੇਲ ਥੋੜਾ ਅੱਛਾ ਬਣਾ ਕੇ ਰੱਖਣਾ ਪਏਗਾ। ਇਸ ਦੇ ਨਾਲ ਨਾਲ ਤੁਸੀਂ ਪਾਰਟਨਰਸ਼ਿਪਿੰਗ ਵਿੱਚ ਵੀ ਤੁਸੀਂ ਥੋੜਾ ਜਿਹਾ ਕੋਈ ਕੰਟਰੈਕਟ ਸਾਈਨ ਕਰਨ ਵਿੱਚ ਧਿਆਨ ਰੱਖਣਾ। ਕਿਧਰੇ ਐਵੇਂ ਨਾ ਹੋਵੇ ਕਿ ਕਿਸੇ ਗਲਤ ਬੰਦੇ ਦੇ ਚੱਕਰ ਵਿੱਚ ਤੁਸੀਂ ਫਸ ਜਾਓ। ਇਸ ਗੱਲ ਦਾ ਤੁਹਾਨੂੰ ਧਿਆਨ ਦੇਣਾ ਪਏਗਾ। ਉਹ ਮੇਲ ਜਾਂ ਫੀਮੇਲ ਹੋਵੇ, ਉਹ ਡਸ ਨਾਟ ਮੈਟਰ। ਤੁਹਾਡੇ ਵਾਸਤੇ ਹਫਤੇ ਦੀ ਸਲਾਹ ਹੈ ਕਿ ਘਰ ਤੋਂ ਬਾਹਰ ਨਿਕਲਣ ਵੇਲੇ ਮਿਸ਼ਰੀ ਦਾ ਪ੍ਰਸ਼ਾਦ ਬਣਾਓ। ਘਰ ਵਿੱਚ ਜਿੱਥੇ ਤੁਸੀਂ ਪਾਠ ਪੂਜਾ ਕਰਦੇ ਹੋ ਉੱਥੇ ਵੀ ਭੋਗ ਲਗਾਓ ਤੇ ਖੁਦ ਵੀ ਖਾ ਕੇ ਜਾਓ, ਤਾਂ ਤੁਹਾਡਾ ਹਫਤਾ ਬੜਾ ਹੀ ਸੁਪਰ ਬਣੇਗਾ।
ਹੁਣ ਗੱਲ ਕਰ ਲੈਂਦੇ ਹਾਂ ਐਕਵੇਰੀਅਸ ਯਾਨੀ ਕਿ ਕੁੰਭ ਰਾਸ਼ੀ ਵਾਲਿਆਂ ਦੀ। ਤਾਂ ਦੇਖੋ ਜੀ, ਹਫਤੇ ਦੀ ਸ਼ੁਰੂਆਤ 22 ਅਪ੍ਰੈਲ ਨੂੰ ਕੋਰਟ ਕਚਹਿਰੀ ਤੇ ਕੇਸ ਵਿੱਚ ਥੋੜੀਆਂ ਜਿਹੀਆਂ ਦਿੱਕਤਾਂ ਵੱਧ ਸਕਦੀਆਂ ਹਨ। ਇਸ ਸਮੇਂ ਤੁਹਾਡੇ ਫਰੈਂਡਸ, ਤੁਹਾਡੇ ਮਿੱਤਰ ਹੀ ਤੁਹਾਡੇ ਗੁਪਤ ਸ਼ਤਰੂ ਬਣ ਸਕਦੇ ਹਨ। ਇਸ ਕਰਕੇ ਤੁਸੀਂ 22 ਤਾਰੀਕ ਨੂੰ ਕੋਈ ਕਾਨੂੰਨੀ ਕੇਸ ਹੈ ਕੋਰਟ ਕਚਹਿਰੀ ਦਾ ਜਾਂ ਪ੍ਰੋਪਰਟੀ ਦਾ ਕੋਈ ਵਾਦ ਵਿਵਾਦ ਹੈ ਤਾਂ ਉਸ ਨੂੰ ਅਵੋਇਡ ਕਰੋ, ਇਗਨੋਰ ਕਰੋ, ਕਿਉਂਕਿ ਇਹ ਤੁਹਾਡੇ ਫੇਵਰ ਵਿੱਚ ਨਹੀਂ ਹੋਏਗਾ। ਹਾਲਾਂਕਿ ਇਹਦੀ ਸ਼ੁਰੂਆਤ ਸੈਟਰਡੇ ਸ਼ਨੀਵਾਰ ਤੋਂ ਹੀ ਹੋ ਜਾਏਗੀ, ਕਿਉਂਕਿ ਵੀਡੀਓ ਤਾਂ ਮੰਡੇ ਨੂੰ ਆ ਰਹੀ ਹੈ ਪਰ ਇਸ ਦੀ ਸ਼ੁਰੂਆਤ ਸ਼ਨੀਵਾਰ ਤੋਂ ਹੀ ਹੋ ਜਾਏਗੀ। 23-24-25 ਅਪ੍ਰੈਲ ਨੂੰ ਲੋਕਾਂ ਦਾ ਸਹਿਯੋਗ ਮਿਲੇਗਾ, ਤੁਹਾਡੇ ਪੁਰਾਣੇ ਮਿੱਤਰ ਦੋਸਤਾਂ ਦਾ ਸਹਿਯੋਗ ਮਿਲੇਗਾ, ਤੁਹਾਡਾ ਕੋਈ ਪੁਰਾਣਾ ਰੁਕਿਆ ਹੋਇਆ ਕੰਮ ਹੈ ਉਹ ਫਿਰ ਤੋਂ ਸ਼ੁਰੂ ਹੋ ਜਾਏਗਾ। ਸਰਕਾਰੀ ਕੋਈ ਕੰਮ ਹੈ ਤਾਂ ਉਸ ਵੱਲੋਂ ਤੁਹਾਨੂੰ ਲਾਭ ਦੀ ਸੰਭਾਵਨਾ ਅੱਛੀ ਹੈ। ਪਹਿਲੀ ਸੰਤਾਨ, ਪ੍ਰਥਮ ਸੰਤਾਨ ਦਾ ਵੀ ਤੁਹਾਨੂੰ ਕੋਈ ਸ਼ੁਭ ਸਮਾਚਾਰ ਮਿਲੇਗਾ ਤੇ ਦੂਜੀ ਸੰਤਾਨ ਯਾਨੀ ਕਿ ਦਵਿਤੀਯ ਸੰਤਾਨ ਵੱਲੋਂ ਵੀ ਤੁਹਾਨੂੰ ਕੋਈ ਸ਼ੁਭ ਸਮਾਚਾਰ ਮਿਲਦਾ ਨਜ਼ਰ ਆ ਰਿਹਾ ਹੈ। ਪੁਰਾਣੀਆਂ ਕੋਈ ਚੀਜ਼ਾਂ ਤੁਹਾਡੀਆਂ ਜੀਵਨ ਵਿੱਚ ਫਿਰ ਤੋਂ ਆਉਣਗੀਆਂ, ਇਸ ਦੀ ਸੰਭਾਵਨਾ ਵੀ ਨਜ਼ਰ ਆ ਰਹੀ ਹੈ। ਰਿਸ਼ਤੇਦਾਰਾਂ ਨਾਲ ਤੁਹਾਡਾ ਤਾਲਮੇਲ ਅੱਛਾ ਹੋਏਗਾ। ਰਿਸ਼ਤੇਦਾਰਾਂ ਵਿੱਚ ਕਿਸੇ ਦੀ ਤਬੀਅਤ ਜੇਕਰ ਖਰਾਬ ਚੱਲ ਰਹੀ ਸੀ ਜਿਸ ਦੇ ਕਾਰਨ ਤੁਸੀਂ ਪਰੇਸ਼ਾਨ ਸੀ ਤਾਂ ਉਹਨਾਂ ਦੀ ਸਿਹਤ ਵੀ ਅੱਛੀ ਹੁੰਦੀ ਨਜ਼ਰ ਆਏਗੀ। ਇੱਥੇ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਤੁਹਾਡੇ ਵਾਸਤੇ ਕਿ ਤੁਹਾਡੀ ਜਿਹੜੀ ਪੜ੍ਹਾਈ ਰੁਕੀ ਹੋਈ ਸੀ ਉਸ ਪੜ੍ਹਾਈ ਨੂੰ ਤੁਸੀਂ ਦੁਬਾਰਾ ਸ਼ੁਰੂ ਕਰ ਦੋਗੇ। ਜਿਨ੍ਹਾਂ ਦੀ ਪੜ੍ਹਾਈ ਵਿੱਚ ਅਧੂਰੀ ਰਹਿ ਗਈ ਸੀ ਉਹਨਾਂ ਦੀ ਪੜ੍ਹਾਈ ਦੁਬਾਰਾ ਸ਼ੁਰੂ ਹੋ ਜਾਏਗੀ। 26-27 ਤਾਰੀਕ ਨੂੰ ਤੁਹਾਡੇ ਸੀਨੀਅਰਸ ਨਾਲ ਥੋੜਾ ਜਿਹਾ ਵਾਦ ਵਿਵਾਦ ਮਤਭੇਦ ਹੋ ਸਕਦਾ ਹੈ ਤੇ 26-27 ਤਾਰੀਕ ਨੂੰ ਹੀ ਨੌਕਰੀ ਵਿੱਚ ਤੁਹਾਨੂੰ ਧੋਖਾ ਮਿਲ ਸਕਦਾ ਹੈ। ਧਿਆਨ ਦੇਣਾ ਤੇ ਜੋ ਲੋਕ ਵਪਾਰ ਕਰਦੇ ਹਨ ਉਹ ਵੀ ਜ਼ਿਆਦਾ ਕਮਾਉਣ ਦੇ ਚੱਕਰ ਵਿੱਚ ਕੁਝ ਗਲਤ ਟ੍ਰਾਂਜੈਕਸ਼ਨ ਨਾ ਕਰ ਦੇਣਾ ਜਾਂ ਫਿਰ ਕਿਸੇ ਗਲਤ ਜਗ੍ਹਾ ਤੇ ਇਨਵੈਸਟਮੈਂਟ ਨਾ ਹੋ ਜਾਵੇ। ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ ਕਿਉਂਕਿ ਇਹ ਵੀ ਤੁਹਾਡੀ ਨਜ਼ਰ ਆ ਰਿਹਾ ਹੈ ਇਸ ਹਫਤੇ। 26-27 ਤਾਰੀਖ ਨੂੰ ਹੀ ਕੋਈ ਮਕਾਨ, ਪਲਾਟ, ਗੱਡੀ ਖਰੀਦਣ ਦਾ ਲਾਭ ਹੈ। ਨੌਕਰੀ ਵਿੱਚ ਤੇ ਵਪਾਰ ਵਿੱਚ ਬੇਸ਼ੱਕ ਤੁਹਾਡਾ ਕੋਈ ਲਾਭ ਨਾ ਹੋਵੇ ਲੇਕਿਨ ਸੰਪਤੀ, ਮਕਾਨ, ਗੱਡੀ ਵਿੱਚ ਲਾਭ ਨਜ਼ਰ ਆ ਰਿਹਾ ਹੈ। ਕੋਈ ਮਕਾਨ ਤੁਹਾਡਾ ਕਿਰਾਏ ਤੇ ਨਹੀਂ ਚੜ ਰਿਹਾ ਸੀ ਉਹ ਸਭ ਠੀਕ ਹੈ, ਚੜ ਜਾਏਗਾ। ਕੋਈ ਆਪਣੇ ਘਰ ਦਾ ਡੈਕੋਰੇਸ਼ਨ ਦਾ ਕੰਮ ਤੁਸੀਂ ਸ਼ੁਰੂ ਕਰ ਸਕਦੇ ਹੋ। ਇਸ ਤੋਂ ਇਲਾਵਾ ਜੋ ਕੋਈ ਤੁਹਾਡੇ ਨੌਕਰ ਚਾਕਰ ਹੈਗੇ ਸੀ ਤੁਹਾਨੂੰ ਛੋੜ ਕੇ ਚਲੇ ਗਏ ਸੀ ਉਹ ਵਾਪਸ ਆਉਣ ਵਾਸਤੇ ਆਉਣ ਦੀ ਕੋਸ਼ਿਸ਼ ਕਰਨਗੇ ਪਰ ਨਵੇਂ ਕੰਮ ਵਾਸਤੇ ਬਚਣਾ ਹੈ। 28 ਤਾਰੀਖ ਨੂੰ ਮੋਟੇ ਧਨ ਦੀ ਪ੍ਰਾਪਤੀ ਹੈ, ਇਨਕਮ ਦੇ ਰਸਤੇ ਖੁੱਲ ਜਾਣਗੇ। ਨਾਲ ਦੇ ਨਾਲ ਵਿਪਰੀਤ ਰਾਜ ਯੋਗ, ਗਜ ਕੇਸਰੀ ਯੋਗ ਦੇ ਕਾਰਨ ਵਿਦੇਸ਼ ਜਾਣ ਵਾਸਤੇ ਸ਼ੁਭ ਸਮਾਚਾਰ ਮਿਲਦਾ ਨਜ਼ਰ ਆਏਗਾ। ਵੀਜ਼ਾ, PR ਜਾਂ ਗ੍ਰੀਨ ਕਾਰਡ ਨਾਲ ਰਿਲੇਟਡ ਸ਼ੁਭ ਸਮਾਚਾਰ ਮਿਲੇਗਾ। ਪੂਰੇ ਹਫਤੇ ਨੂੰ ਅੱਛਾ ਬਣਾਉਣ ਦੇ ਲਈ ਤੁਸੀਂ ਹਫਤੇ ਦੇ ਇੱਕ ਦਿਨ, ਹੋ ਸਕੇ ਤਾਂ ਵੀਰਵਾਰ ਥਰਸਡੇ ਨੂੰ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਕੇ ਬੇਸਨ ਦੇ ਲੱਡੂ ਚੜਾ ਕੇ ਆਓ, ਤੁਹਾਡਾ ਹਫਤਾ ਬਹੁਤ ਹੀ ਵਧੀਆ ਜਾਏਗਾ। ਹੁਣ ਗੱਲ ਕਰ ਲੈਂਦੇ ਹਾਂ ਪਾਈਸਿਸ ਯਾਨੀ ਕਿ ਮੀਨ ਰਾਸ਼ੀ ਵਾਲਿਆਂ ਦੀ। ਤਾਂ ਦੇਖੋ ਜੀ, ਹਫਤੇ ਦੀ ਸ਼ੁਰੂਆਤ 22 ਅਪ੍ਰੈਲ ਨੂੰ ਤੁਸੀਂ ਆਪਣਾ ਕੋਈ ਨਵਾਂ ਵਪਾਰ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋਗੇ। ਕੋਈ ਨੌਕਰੀ ਜਾਂ ਜੌਬ ਦਾ ਇੰਟਰਵਿਊ ਹੈ ਤਾਂ ਉਹ ਤੁਹਾਡੇ ਫੇਵਰ ਵਿੱਚ ਆਉਂਦਾ ਜ਼ਰੂਰ ਦਿਖੇਗਾ। ਇਸ ਸਮੇਂ ਤੁਹਾਡੇ ਦੰਪਤ ਜੀਵਨ ਮੈਰਿਡ ਲਾਈਫ ਵਿੱਚ ਥੋੜੀ ਖਟਪਟ ਦੀ ਸੰਭਾਵਨਾ ਬਣ ਸਕਦੀ ਹੈ। ਵਿਆਹ ਦੇ ਯੋਗ ਅੱਛੇ ਹਨ, ਰਿਸ਼ਤੇ ਆਉਣਗੇ ਪਰ ਥੋੜੀ ਜਿਹੀ ਅਸਮੰਜਸ ਦੀ ਸੰਭਾਵਨਾ ਰਹੇਗੀ, ਕਨਫਿਊਜ਼ਨ ਤੁਹਾਡੀ ਬਣੀ ਰਹੇਗੀ। ਲਵ ਲਾਈਫ ਵਿੱਚ ਵੀ ਥੋੜੀ ਦਿੱਕਤਾਂ ਆ ਸਕਦੀਆਂ ਹਨ। ਜੀਵਨ ਦੇ ਥੋੜੇ ਵੱਡੇ ਫੈਸਲੇ ਤੁਸੀਂ ਲਓਗੇ, ਨਾਲ ਦੇ ਨਾਲ ਤੁਹਾਡਾ ਖੋਇਆ ਹੋਇਆ, ਗੁੰਮ ਗਿਆ ਸੀ ਜਿਹੜਾ ਤੁਹਾਡਾ ਮਾਨ ਸਨਮਾਨ ਉਹ ਵਾਪਿਸ ਆਉਂਦਾ ਹੋਇਆ ਨਜ਼ਰ ਆਏਗਾ। 23-24-25 ਅਪ੍ਰੈਲ ਪੈਸਿਆਂ ਦੇ ਰਸਤੇ ਖੁੱਲ ਰਹੇ ਹਨ। ਅਚਾਨਕ ਤੋਂ ਧਨ ਕਿਧਰੋਂ ਵੀ ਤੁਹਾਨੂੰ ਆਏਗਾ। ਕੇਸ ਮੁਕਦਮਾ ਜੇਕਰ ਕੋਈ ਚੱਲ ਰਿਹਾ ਹੈ ਉਹਦੇ ਵਿੱਚ ਤੁਸੀਂ ਵਿਜੇ ਹੀ ਹੋਵੋਗੇ। ਲਵ ਲਾਈਫ ਵਿੱਚ ਵੀ ਸੁਧਾਰ ਹੁੰਦਾ ਨਜ਼ਰ ਆਏਗਾ।
ਸਸੁਰਾਲ ਪਕਸ਼ ਨਾਲ ਤੁਹਾਡਾ ਤਾਲਮੇਲ ਅੱਛਾ ਦਿਖੇਗਾ। ਪ੍ਰਥਮ ਸੰਤਾਨ ਕੰਸੀਵ ਹੋਣ ਦੀ ਗੁੱਡ ਨਿਊਜ਼ ਦੇ ਨਾਲ ਨਾਲ ਪ੍ਰਥਮ ਸੰਤਾਨ ਜਿਨ੍ਹਾਂ ਲੋਕਾਂ ਦੀਆਂ ਦੂਰੀਆਂ ਬਣੀਆਂ ਹੋਈਆਂ ਸੀ ਉਹ ਹੁਣ ਠੀਕ ਹੁੰਦੀਆਂ ਨਜ਼ਰ ਆਉਣਗੀਆਂ, ਜਾਂ ਫਿਰ ਉਹਨਾਂ ਦੀ ਤਰੱਕੀ ਦੇ ਤੁਹਾਡੀ ਪ੍ਰਥਮ ਸੰਤਾਨ ਦੀ ਤਰੱਕੀ ਦਾ ਵੀ ਸ਼ੁਭ ਸਮਾਚਾਰ ਮਿਲੇਗਾ। 26 ਤੇ 27 ਤਾਰੀਖ ਨੂੰ ਥੋੜਾ ਜਿਹਾ ਤੁਹਾਡੇ ਸਿਹਤ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਪੇਟ ਸੰਬੰਧੀ ਸਮੱਸਿਆ ਹੋ ਸਕਦੀ ਹੈ। 26 ਤੇ 27 ਅਪ੍ਰੈਲ ਨੂੰ ਲਵ ਲਾਈਫ ਦਾ ਤੁਹਾਡਾ ਸਪੋਰਟ ਹੈ, ਪੁਰਾਣੇ ਮਿੱਤਰਾਂ ਦਾ ਸਹਿਯੋਗ ਹੈ, ਰਿਸ਼ਤੇਦਾਰਾਂ ਦਾ ਸਹਿਯੋਗ ਹੈ, ਪਰ ਸੀਨੀਅਰਸ ਨਾਲ ਥੋੜੀ ਖਟਪਟ ਹੋ ਸਕਦੀ ਹੈ, ਧਿਆਨ ਦੇਣ ਦੀ ਜ਼ਰੂਰਤ ਹੈ। 28 ਅਪ੍ਰੈਲ ਨੂੰ ਜਿਨ੍ਹਾਂ ਲੋਕਾਂ ਨੂੰ ਲੱਗਦਾ ਸੀ, ਜੋ ਲੋਕ ਘਰ ਬੈਠੇ ਸੀ ਉਹਨਾਂ ਨੂੰ ਲੱਗਦਾ ਸੀ ਕਿ ਹੁਣ ਲਾਈਫ ਵਿੱਚ ਕੁਝ ਨਹੀਂ ਹੋ ਸਕਦਾ, ਤਾਂ ਉਹਨਾਂ ਵਾਸਤੇ ਨਵੀਂ ਨੌਕਰੀ ਤੇ ਵਪਾਰ ਦੇ ਰਸਤੇ ਖੁੱਲ ਰਹੇ ਹਨ। ਆਪਣੀ ਕੋਈ ਤੁਹਾਡੀ ਪ੍ਰੋਪਰਟੀ ਹੈ ਤਾਂ ਉਸ ਦੇ ਵਿੱਚ ਲਾਭ ਮਿਲਦਾ ਨਜ਼ਰ ਆਏਗਾ। ਘਰ ਦਾ ਕਿਸੇ ਚੀਜ਼ ਦਾ ਡੈਕੋਰੇਸ਼ਨ ਦਾ ਕੰਮ ਸ਼ੁਰੂ ਕਰ ਸਕਦੇ ਹੋ। ਪਿਤਾ ਜੀ ਦੀ ਸਿਹਤ ਅੱਛੀ ਹੋਏਗੀ, ਪਿਤਾ ਜੀ ਵੱਲੋਂ ਕੋਈ ਲਾਭ ਦਾ ਯੋਗ ਬਣਦਾ ਨਜ਼ਰ ਆ ਰਿਹਾ ਹੈ। ਫਿਰ ਵੀ ਪੂਰੇ ਹਫਤੇ ਨੂੰ ਅੱਛਾ ਬਣਾਉਣ ਵਾਸਤੇ ਤੁਹਾਨੂੰ ਸਲਾਹ ਹੈ ਕਿ ਪੂਰਾ ਹਫਤਾ ਚਿੱਟਾ ਧਾਗਾ ਆਪਣੀ ਕਲਾਈ ਵਿੱਚ ਬੰਦ ਕੇ ਰੱਖੋ। ਇਸ ਦੇ ਨਾਲ ਤੁਹਾਡੇ ਆਉਣ ਵਾਲੇ ਜੋ ਹਫਤਾ ਹੈ ਉਸ ਦੇ ਵਿੱਚ ਇੱਕ ਵੀ ਜੋ ਪਰੇਸ਼ਾਨੀਆਂ ਆ ਰਹੀਆਂ ਹਨ ਉਹ ਦੂਰ ਹੋ ਜਾਣਗੀਆਂ। ਸੋ ਐਸੀ ਮੇਘ ਰਾਸ਼ੀ ਤੋਂ ਲੈ ਕੇ ਮੀਨ ਰਾਸ਼ੀ ਤੱਕ ਦਾ ਹਫਤੇ ਦਾ ਰਾਸ਼ੀ ਫਲ, ਮੈਨੂੰ ਪੂਰੀ ਉਮੀਦ ਹੈ ਕਿ ਸਾਡੀ ਦਿੱਤੀ ਗਈ ਜਾਣਕਾਰੀ ਨਾਲ ਤੁਸੀਂ ਸੰਤੁਸ਼ਟ ਹੋਵੋਗੇ। ਤੇ ਚਲੋ ਜੀ, ਜਿਨ੍ਹਾਂ ਨੇ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਹੁਣ ਮੈਨੂੰ ਇਜਾਜ਼ਤ ਦਿਓ, ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ।